ਪੰਜਾਬ ਦੇ ਮਾਝੇ ਇਲਾਕੇ ਵਿੱਚ ਵਸਦਾ ਹੈ ਜੀ ਪੰਜਾਬ ਦਾ ਇੱਕ ਬਹੁਤ ਹੀ ਇਤਿਹਾਸਿਕ ਤੇ ਪੁਰਾਣਾ ਸ਼ਹਿਰ ਸ਼ਹਿਰ ਬਟਾਲਾ। ਸ਼ਹਿਰ ਬਟਾਲਾ ਵੈਸੇ ਤਾਂ ਬਹੁਤ ਸਾਰੀਆਂ ਵਧੀਆ ਵਧੀਆ ਗੱਲਾਂ ਲਈ ਜਾਣਿਆ ਜਾਂਦਾ, ਪਰ ਇਸ ਵੇਲੇ ਜਿਹੜੀ ਗੱਲ ਮੈਨੂੰ ਯਾਦ ਆ ਰਹੀ ਹੈ ਜੀ, ਉਹ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ, ਜੋ ਕਿ ਸਨ 1487 ਵਿੱਚ ਹੋਇਆ ਸੀ, ਯਾਨੀ ਕਿ ਤਕਰੀਬਨ ਅੱਜ ਤੋਂ 531 ਸਾਲ ਪਹਿਲਾਂ। ਅਤੇ ਬਟਾਲੇ ਸ਼ਹਿਰ ਦੀਆਂ ਉਹ ਗਲੀਆਂ, ਉਹ ਮੁਹੱਲੇ ਅੱਜ ਵੀ ਗਵਾਹੀ ਭਰਦੇ ਨੇ ਜੀ ਉਸ ਪਵਿੱਤਰ ਵਿਆਹ ਦੀ। ਪਰ ਜਿਹੜੀ ਗੱਲ ਮੈਨੂੰ ਯਾਦ ਆ ਰਹੀ ਹੈ ਜੀ, ਮੇਰੇ ਧਿਆਨ ਵਿੱਚ ਆ ਰਹੀ ਹੈ, ਉਹ ਇਹ ਹੈ ਕਿ ਵਿਆਹ ਵਿੱਚ ਪਹੁੰਚੇ ਬਰਾਤੀਆਂ ਦਾ ਮਤਲਬ ਕਿਹੜੇ ਕਿਹੜੇ ਪਕਵਾਨਾਂ ਨਾਲ ਸਵਾਗਤ ਕੀਤਾ ਗਿਆ ਹੋਣਾ, ਉੱਥੇ ਪਹੁੰਚੇ ਮਹਿਮਾਨਾਂ ਨੇ ਕਿਹੜੇ ਕਿਹੜੇ ਪਕਵਾਨ ਚੱਖੇ ਹੋਣੇ ਆ ਜੀ। ਵੈਲ, ਪਕਵਾਨ ਜਿਹੜੇ ਮਰਜ਼ੀ ਹੋਣ, ਪਰ ਹੋਣਗੇ ਬੜੇ ਹੀ ਲਾਜਵਾਬ, ਲਜ਼ੀਜ਼ ਤੇ ਨਾਯਾਬ। ਕੁਝ ਅਜਿਹੇ ਪਕਵਾਨਾਂ ਦੀ ਖੋਜ ਵਿੱਚ ਅਸੀਂ ਨਿਕਲੇ ਹੋਏ ਆ ਜੀ, ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਲੱਭਣ ਦੇ ਲਈ ਪੰਜਾਬ ਦਾ ਸੁਪਰ ਸ਼ੈੱਫ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਗੁਰਜੀਤ ਸਿੰਘ, ਤੇ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ 3, ਜਿਹਦੇ ਸਪਾਈਸ ਪਾਰਟਨਰ ਨੇ MDH MDH ਦ ਰੀਅਲ ਸਪਾਈਸ ਆਫ ਇੰਡੀਆ, ਅਸਲੀ ਮਸਾਲੇ ਸੱਚ MDH MDH। ਕੁਕਿੰਗ ਪਾਰਟਨਰ ਗਗਨ ਕੁਕਿੰਗ ਆਇਲ, ਖਾਓ ਗਗਨ ਰਹੋ ਮਗਨ। ਸਮਾਈਲ ਪਾਰਟਨਰ ਕੋਲਗੇਟ, ਸਵੀਟਨੈਸ ਪਾਰਟਨਰ ਸ਼ੂਗਰ ਫ੍ਰੀ ਨੈਚੁਰਾ ਸਮਾਰਟਨੈਸ ਵਾਲੀ ਸਵੀਟਨੈਸ। ਬੈਵਰੇਜ ਪਾਰਟਨਰ ਬਰੁਕਬੋਨ ਤਾਜ਼ਾ ਤਾਜ਼ਾ ਹੋਲੇ, ਐਂਡ ਕੂਲਿੰਗ ਪਾਰਟਨਰ ਹਾਇਰ ਹਾਇਰ ਰੈਫਰਿਜਰੇਟਰ ਹਾਇਰ ਇੰਸਪਾਇਰਡ ਲਿਵਿੰਗ। ਵੈਲਕਮ ਟੂ ਬਟਾਲਾ ਸਿਟੀ। ਥੈਂਕ ਯੂ, ਇਟਸ ਸੋ ਗੁੱਡ ਟੂ ਬੀ ਹੇਅਰ। ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਇਸ ਧਰਤੀ 'ਤੇ ਆਉਣ ਦਾ ਮੌਕਾ ਮਿਲਿਆ ਅਤੇ ਇੰਨੇ ਪਵਿੱਤਰ ਗੁਰਦੁਆਰੇ ਸਾਹਿਬ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਅਤੇ ਫਿਰ ਆਪਾਂ ਇੱਦਾਂ ਕਰਦੇ ਹਾਂ ਜੀ, ਜਿਹੜਾ ਅੱਜ ਬਟਾਲੇ ਦਾ ਕੰਟੈਸਟੈਂਟ ਹੈਗਾ ਉਹਦੇ ਘਰ ਚੱਲਦੇ ਹਾਂ। ਤੁਸੀਂ ਬਟਾਲੇ ਦੀਆਂ ਗਲੀਆਂ ਘੁੰਮ ਕੇ ਉਹਦੇ ਘਰ ਤੱਕ ਪਹੁੰਚੋ ਮੈਨੂੰ। ਹਾਂਜੀ, ਅਤੇ ਮੈਂ ਜੁਆਇਨ ਕਰਦਾ ਤੁਹਾਨੂੰ ਉਹਨਾਂ ਦੇ ਘਰੇ। ਓਕੇ, ਰਾਈਟ ਮੈਮ, ਓਕੇ, ਗੁੱਡ ਲੱਕ ਜੀ, ਆਈ ਸੀ ਯੂ। ਮੈਂ ਹਰਿੰਦਰ ਕੌਰ ਬਿਲਕੁਲ ਬਟਾਲੇ ਸ਼ਹਿਰ 'ਚ ਰਹਿੰਦੀ ਹਾਂ। ਕੁਕਿੰਗ ਮੇਰੀ ਹੋਬੀ ਹੈ, ਖਾਣਾ ਬਣਾਉਣਾ ਮੈਨੂੰ ਬਹੁਤ ਅੱਛਾ ਲੱਗਦਾ ਹੈ। ਪਹਿਲੇ ਮੰਮੀ ਨੂੰ ਦੇਖ ਦੇਖ ਕੇ ਛੋਟੇ ਹੁੰਦੇ ਥੋੜ੍ਹੇ ਥੋੜ੍ਹੇ ਰੋਟੀਆਂ ਬਣਾਉਂਦੇ ਸੀਗੇ, ਫਿਰ ਮੇਰੇ ਬ੍ਰਦਰ ਮੈਨੂੰ ਇੱਥੋਂ ਲੈ ਗਏ ਗਾਜ਼ੀਆਬਾਦ। ਮੈਂ 4th ਕਲਾਸ ਪਾਸ ਕੀਤੀ ਸੀ, ਉੱਥੇ ਮੈਨੂੰ ਹੌਲੀ ਹੌਲੀ ਸ਼ੌਂਕ ਪੈਂਦਾ ਗਿਆ। ਫਿਰ ਮੈਂ BSc ਹੋਮ ਸਾਇੰਸ ਨਾਲ ਕੀਤੀ। ਮੈਂ ਕੁਕਿੰਗ ਸਿਖਾਉਂਦੀ ਹਾਂ, ਮੈਨੂੰ ਬਹੁਤ ਅੱਛਾ ਲੱਗਦਾ ਕੁਕਿੰਗ ਸਿਖਾਉਣਾ। ਅੱਜ ਅੰਮ੍ਰਿਤਾ ਮੈਡਮ ਸਾਡੇ ਘਰ ਆ ਰਹੇ ਨੇ, ਉਹ ਜੋ ਵੀ ਕਹਿਣਗੇ ਮੈਂ ਉਹਨਾਂ ਲਈ ਬਣਾਉਣ ਲਈ ਤਿਆਰ ਹਾਂ, ਪਰ ਮੈਂ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਇੱਕ ਨਵੀਂ ਜਿਹੀ ਕੋਈ ਡਿਸ਼ ਬਣਾ ਕੇ ਖਵਾਉਂਗੀ। ਓਕੇ ਜੀ, ਅਤੇ ਅਸੀਂ ਆ ਗਏ ਹਾਂ ਹਰਵਿੰਦਰ ਕੌਰ ਬਿਲਕੁਲ ਜੀ ਦੇ ਘਰ। ਬੜਾ ਹੀ ਚੰਗਾ ਲੱਗ ਰਿਹਾ ਮੈਨੂੰ, ਤੁਹਾਨੂੰ ਕਿਵੇਂ ਲੱਗ ਰਿਹਾ? ਸਾਨੂੰ ਵੀ ਬਹੁਤ ਹੀ ਅੱਛਾ ਲੱਗ ਰਿਹਾ ਤੁਸੀਂ ਸਾਡੇ ਘਰ ਆਏ। ਅੱਛਾ, ਤੁਹਾਡੀ ਰੈਸਿਪੀ ਤਾਂ ਮੈਨੂੰ ਬੜੀ ਚੰਗੀ ਲੱਗੀ, ਪਰ ਕਿਉਂ ਲੱਗੀ, ਕੀ ਚੀਜ਼ ਡਿਫਰੈਂਟ ਸੀ, ਉਹ ਮੈਂ ਤੁਹਾਨੂੰ ਕਿਚਨ ਵਿੱਚ ਬਤਾਵਾਂਗੀ। ਤੁਹਾਡੀ ਸਾਰੀ ਫੈਮਿਲੀ ਨੂੰ ਕੁਕਿੰਗ ਦਾ ਸ਼ੌਂਕ ਹੈ? ਹਾਂਜੀ, ਮੈਨੂੰ ਮਿਲਵਾਇਆ ਨਹੀਂ ਤੁਸੀਂ ਇੰਡੀਵਿਜੁਅਲ? ਇਹ ਮੇਰੀ ਬਿਟੀਆ ਜੀ ਅਤੇ ਇਹ ਇਹਨਾਂ ਦੇ ਮੰਮਾ ਮਦਰ-ਇਨ-ਲਾਅ। ਆਪਕੇ ਮਦਰ-ਇਨ-ਲਾਅ, ਓਕੇ। ਆਪ ਤਾਂ ਮੈਂ ਸਮਝ ਗਈ ਤੁਸੀਂ ਇਹਨਾਂ ਦੇ ਮਿਸਟਰ ਹੋ, ਅਤੇ ਬੜੀ ਚੰਗੀ ਗੱਲ ਹੈ ਅਤੇ ਕਿ ਤੁਸੀਂ ਇਹਨਾਂ ਨੂੰ ਇੰਨਾ ਸਪੋਰਟ ਕੀਤਾ, ਬਿਕੋਜ਼ ਸਾਰੇ ਮਿਸਟਰ ਐਵੇਂ ਨਹੀਂ ਹੁੰਦੇ। ਹਾਂ, ਸਭ ਕੁਝ ਇਹਨਾਂ ਦਾ ਹੀ ਹੈ ਜੀ, ਇਹਦੇ ਕਰਕੇ ਸਭ ਚੱਲਿਆ ਕੰਮ। ਮੈਂ ਵੀ ਇਹ ਇੱਦਾਂ ਵੀ ਸਿੱਖਿਆ ਜੀ, ਇਹਦਾ ਬੁਕੇ ਬਣਾਉਣੇ। ਅੱਛਾ ਹਰਿੰਦਰ ਜੀ, ਤੁਹਾਨੂੰ ਤਾਂ ਤੁਹਾਡੇ ਹੱਥ ਦੀਆਂ ਸਾਰੀਆਂ ਰੈਸਿਪੀਜ਼ ਚੰਗੀਆਂ ਲੱਗਦੀਆਂ ਹੋਣਗੀਆਂ, ਹੈ ਨਾ, ਪਰ ਮੈਨੂੰ ਫੈਮਿਲੀ ਤੋਂ ਪੁੱਛਣਾ ਹੈ ਕਿ ਤੁਹਾਨੂੰ ਕਿਹੜੀ ਕਿਹੜੀ ਰੈਸਿਪੀ ਇਹਨਾਂ ਦੇ ਹੱਥ ਦੀ ਚੰਗੀਆਂ ਲੱਗਦੀਆਂ ਨੇ? ਬਟਰ ਚਿਕਨ ਔਰ ਸਾਂਬਰ ਡੋਸਾ। ਚਿਲੀ ਚਿਕਨ ਜ਼ਿਆਦਾ ਅੱਛਾ। ਚਿਲੀ ਚਿਕਨ ਉਹ ਮੇਰੀ ਮੰਮਾ ਵੀ
ਬੜਾ ਹੀ ਵਧੀਆ ਚਿੱਲੀ ਚਿਕਨ ਬਣਾਉਂਦੇ ਹੋ, ਬੜਾ ਪੰਜਾਬੀ ਸਟਾਈਲ ਦਾ ਚਿੱਲੀ ਚਿਕਨ ਹੁੰਦਾ ਹੈ। ਵੈਜੀਟੇਰੀਅਨ ਫਿਸ਼, ਵੈਜੀਟੇਰੀਅਨ ਫਿਸ਼, ਵੈਜੀਟੇਰੀਅਨ ਫਿਸ਼ ਜੋ ਲੱਗੇਗੀ ਫਿਸ਼ ਜਿਹੜੀ ਬਣਦੀ ਹੈ। ਇੱਕ ਗੱਲ ਦੱਸਾਂ, ਪੰਜਾਬੀ ਐਵੇਂ ਜੇ ਇਨੋਵੇਸ਼ਨਸ ਕਰ ਸਕਦੇ ਨੇ, ਹੈ ਨਾ, ਹੋਰ ਕੋਈ ਨਹੀਂ ਕਰ ਸਕਦਾ। ਪੂਰੇ ਦੁਨੀਆ ਵਿੱਚ ਚਲੇ ਜਾਓ, ਪੰਜਾਬ ਦੇ ਇਨੋਵੇਸ਼ਨਸ ਹੀ ਨਿਕਲਦੇ ਨੇ। ਤੁਸੀਂ ਕਰੋਗੇ ਨਾ, ਤੁਸੀਂ ਕਹੋਗੇ ਵਾਕਈ ਫਿਸ਼ ਖਾ ਰਹੇ ਅਸੀਂ। ਚਲੋ ਜੀ, ਤੇ ਚਲੇ ਕਿਚਨ ਵਿੱਚ, ਚਲੇ ਥੋੜੀ ਕੁਕਿੰਗ ਸ਼ੁਕਿੰਗ ਕਰੇ। ਚਲੋ ਚਲੋ ਆ ਜਾਓ। ਹਾਂਜੀ, ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 3 ਵਿੱਚ ਅੱਜ ਬਟਾਲੇ ਸ਼ਹਿਰ ਦੇ ਕੰਟੈਸਟੈਂਟ ਦੇ ਘਰ ਅੰਦਰ ਤਾਂ ਖੂਬ ਤਿਆਰੀਆਂ ਚੱਲ ਰਹੀਆਂ ਨੇ, ਅਤੇ ਇੱਧਰ ਆ ਟੋਕਰੀ ਮੈਂ ਵੀ ਚੱਕ ਲਈ ਹੈ, ਸਮਾਨ ਇਹਦੇ ਵਿੱਚ ਲੱਦ ਦਿਆਂ ਆਪਾਂ, ਆਪਾਂ ਵੀ ਥੋੜ੍ਹੀਆਂ ਤਿਆਰੀਆਂ ਕਰ ਲਈਏ ਜੀ, ਅਤੇ ਤੁਸੀਂ ਮੇਰਾ ਸਾਥ ਨਿਭਾਉਣਾ। ਆ ਜਾਓ ਜੀ ਫਿਰ ਆਪਾਂ। ਹਾਂਜੀ, ਕੰਟੈਸਟੈਂਟ ਦੇ ਘਰ ਜਾਣ ਤੋਂ ਪਹਿਲਾਂ ਮੈਂ ਇੱਥੇ ਬਹੁਤ ਸਾਰਾ ਸਮਾਨ ਖਰੀਦ ਲਿਆ ਜੀ। ਗਗਨ ਕੁਕਿੰਗ ਆਇਲ, ਬਰੁਕਬੋਂਡ ਤਾਜ਼ਾ, ਸ਼ੂਗਰ ਫ੍ਰੀ ਨੈਚੁਰਾ ਅਤੇ MDS ਦੇ ਢੇਰ ਸਾਰੇ ਮਸਾਲੇ। ਹੁਣ ਜਿਹੜੀ ਅੱਜ ਦੀ ਡਿਸ਼ ਹੈ ਉਹ ਤਾਂ ਕੰਟੈਸਟੈਂਟ ਦੇ ਘਰ ਤਿਆਰ ਹੋ ਰਹੀ ਹੈ ਜੀ, ਅਤੇ ਹਾਂ ਇੱਕ ਗੱਲ ਹੋਰ ਹੈ, ਜੇ ਡਿਸ਼ ਦੀ ਰੈਸਪੀ ਤੁਸੀਂ ਨੋਟ ਕਰਨੀ ਨਾ ਤਾਂ ਕਾਗਜ਼ 'ਤੇ ਕਲਮ ਚੱਕ ਲਓ। ਇਹ ਰੈਸਪੀ ਅਤੇ ਡਿਸ਼ ਮੈਂ ਤੁਹਾਨੂੰ ਦਿਖਾਵਾਂਗਾ, ਨੋਟ ਕਰਾਵਾਂਗਾ ਜ਼ਰੂਰ, ਪਰ ਬ੍ਰੇਕ ਤੋਂ ਬਾਅਦ। ਮੈਂ ਫਿਲਹਾਲ ਇੱਥੇ ਬਿੱਲ ਤਿਆਰ ਕਰਾ ਲਾਂ ਜੀ, ਤੁਸੀਂ ਬ੍ਰੇਕ ਤੋਂ ਬਾਅਦ ਜ਼ਰੂਰ ਆਇਓ। ਮੈਮ ਕਿੰਨਾ ਬਿੱਲ ਹੋ ਗਿਆ ਜੀ ਆਪਣਾ? ਤੁਸੀਂ ਰੈਸਪੀ ਸਟਾਰਟ ਕਰਨ ਵਾਲੇ ਹੋ, ਜਦ ਮੈਂ ਤੁਹਾਡੀ ਰੈਸਪੀ ਪੜ੍ਹੀ ਮੈਨੂੰ ਰਿਅਲਾਈਜ਼ ਹੋਇਆ ਕਿ ਇਹਦੇ ਵਿੱਚ ਘੋਸਲੇ ਵਰਗਾ ਕੁਛ ਹੋਣ ਨਹੀਂ ਵਾਲਾ। ਅਗਰ ਤੁਸੀਂ ਮੈਨੂੰ ਰੋਂਗ ਪ੍ਰੂਵ ਕਰ ਦਿੱਤਾ ਤਾਂ ਮੈਂ ਇਸ ਰੈਸਪੀ 'ਤੇ ਤੁਹਾਡੇ ਉੱਤੇ ਬੜਾ ਪ੍ਰਾਊਡ ਫੀਲ ਕਰਾਂਗੀ। ਹਾਂਜੀ, ਦੇਖ ਰਹੇ ਹੋ ਨਾ ਹਰਿੰਦਰ ਕੌਰ ਦੀ ਰੈਸਿਪੀ ਪੋਟੈਟੋ ਨੈਸਟ। ਇਸ ਐਪੀਸੋਡ ਦੇ ਅਖੀਰ ਵਿੱਚ ਪੁੱਛਿਆ ਜਾਏਗਾ ਇੱਕ ਸਵਾਲ, ਜਿਸ ਦਾ ਸਹੀ ਜਵਾਬ ਤੁਹਾਨੂੰ ਜਿਤਾ ਸਕਦਾ ਹੈ ਨਵਿਆ ਸਟੇਨਲੈਸ ਸਟੀਲ ਕੁੱਕਵੇਅਰ ਵੱਲੋਂ ਇੱਕ ਸ਼ਾਨਦਾਰ ਪ੍ਰੈਸ਼ਰ ਕੁੱਕਰ ਅਤੇ ਓਕੇ ਨੌਨ ਸਟਿਕ ਕੁੱਕਵੇਅਰ ਵੱਲੋਂ ਸ਼ਾਨਦਾਰ ਗਿਫਟ ਹੈਂਪਰ। ਤੇ ਫਿਰ ਮਿਸ ਨਾ ਕਰਨਾ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 3। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 3। ਵੈਲ, ਸੀਜ਼ਨ 3 ਤੇ ਅੱਜ ਅਸੀਂ ਪਹੁੰਚੇ ਹੋਏ ਜੀ ਸ਼ਹਿਰ ਬਟਾਲੇ ਦੇ ਵਿੱਚ। ਸੋ ਸਾਡੇ ਸ਼ੈਫ ਅੰਮ੍ਰਿਤਾ ਰਾਏਚੰਦ ਜੀ ਸਾਡੇ ਨਾਲ ਨੇ, ਅਤੇ ਇਹਨਾਂ ਦੇ ਨਾਲ ਨੇ ਜੀ ਸਾਡੇ ਬਟਾਲੇ ਦੇ ਕੰਟੈਸਟੈਂਟ ਹਰਿੰਦਰ ਕੌਰ ਵਿਲਕੂ ਜੀ। ਹੋਰ ਠੀਕ ਠਾਕ ਹੋ ਜੀ? ਹਾਂਜੀ, ਬਿਲਕੁਲ ਠੀਕ ਠਾਕ। ਲਓ ਜੀ, ਤੁਹਾਡੇ ਆਲਣੇ ਵਿੱਚ ਪਹੁੰਚ ਗਿਆ। ਆਲਣੇ ਤੋਂ ਅੰਮ੍ਰਿਤਾ ਜੀ, ਮੈਨੂੰ ਯਾਦ ਆਇਆ ਕਿ ਜਿਹੜੀ ਇਹਨਾਂ ਦੀ ਕੀ ਵਰਡ ਯੂਜ਼ ਕੀਤਾ ਤੁਸੀਂ? ਆਲਣਾ। ਆਲਣਾ ਕੀ ਹੁੰਦਾ ਹੈ? ਆਲਣਾ ਘੋਂਸਲਾ ਕਹਿ ਦਿੰਦੇ ਆ, ਨੈਸਟ ਕਹਿ ਦਿੰਦੇ ਆ, ਨੈਸਟ ਘੋਂਸਲਾ। ਤੇ ਪੋਟੈਟੋ ਨੈਸਟ ਇਹਨਾਂ ਦੀ ਡਿਸ਼ ਦਾ ਜਿੱਦਾਂ ਕਿ ਤੁਸੀਂ ਮੈਨੂੰ ਦੱਸਿਆ ਸੀਗਾ, ਸੋ ਇਹ ਵੀ ਬੜਾ ਵੱਖਰਾ ਜਿਹਾ ਨਾਂ ਹੈ, ਹੈ ਨਾ? ਹਾਂਜੀ, ਵੱਖਰਾ ਹੀ ਹੈ, ਥੋੜ੍ਹੀ ਜਿਹੀ ਅਲੱਗ ਡਿਸ਼ ਹੈਗੀ, ਦੇਖਣ ਨੂੰ ਇਸ ਤਰ੍ਹਾਂ ਲੱਗ ਰਿਹਾ ਜਿੱਦਾਂ ਘੋਂਸਲਾ ਬਣਿਆ ਹੈ। ਅੰਮ੍ਰਿਤਾ ਮੈਮ, ਤੁਸੀਂ ਕਦੇ ਇੱਦਾਂ ਦੀ ਡਿਸ਼ ਦਾ ਨਾਂ ਸੁਣਿਆ ਜੀ? ਪਤਾ ਕੀ ਗੁਰਜੀਤ, ਮੈਂ ਜੋ ਵੀ ਰੈਸਪੀਜ਼ ਕਰਨੀ ਆ ਨਾ, ਜਦ ਨੇਮ ਵਿੱਚ ਐਫਰਟ ਜਾਂਦਾ ਹੈ, ਯੂ ਨੋ, ਪ੍ਰੈਜੈਂਟੇਸ਼ਨ ਵਿੱਚ ਐਫਰਟ ਜਾਂਦਾ, ਉਹ ਮੇਰੇ ਮਨ ਨੂੰ ਤਾਂ ਹੀ ਭਾ ਜਾਂਦਾ ਹੈ। ਅਤੇ ਮੈਂ ਪੋਟੈਟੋ ਨੈਸਟ ਦੇ ਕੇ ਬੜੀ ਐਕਸਾਈਟਡ ਹੋ ਗਈ ਸੀ। ਹਾਲਾਂਕਿ ਇੱਕ ਗੱਲ ਦੱਸ ਦਿੰਦੀ ਹਾਂ, ਹੁਣੇ ਤੁਸੀਂ ਰੈਸਪੀ ਸਟਾਰਟ ਕਰਨ ਵਾਲੇ ਹੋ, ਜਦ ਮੈਂ ਤੁਹਾਡੀ ਰੈਸਪੀ ਪੜ੍ਹੀ ਮੈਨੂੰ ਰਿਅਲਾਈਜ਼ ਹੋਇਆ ਕਿ ਇਹਦੇ ਵਿੱਚ ਘੋਸਲੇ ਵਰਗਾ ਕੋਈ ਕੁਛ ਹੋਣ ਨਹੀਂ ਵਾਲਾ। ਅਗਰ ਤੁਸੀਂ ਮੈਨੂੰ ਰੋਂਗ ਪ੍ਰੂਵ ਕਰ ਦਿੱਤਾ ਤਾਂ ਮੈਂ ਇਸ ਰੈਸਪੀ 'ਤੇ ਤੁਹਾਡੇ ਉੱਤੇ ਬੜਾ ਪ੍ਰਾਊਡ ਫੀਲ ਕਰਾਂਗੀ। ਜ਼ਰੂਰਤ ਨਹੀਂ ਹੈ, ਬਸ ਪਾਣੀ ਸੁਕਾਉਣਾ। ਚਲੋ, ਇਹ ਕੀ ਪੈਪਰ? ਇੰਨਾ ਜਿਹਾ ਪੈਪਰ ਜ਼ਿਆਦਾ ਨਾ, ਬਾਹਰ ਨਹੀਂ ਕੁਛ ਵੀ ਹੈਗਾ।
अनारदाना अनारदाना एक चम्मच ओके खट्टेपन गई नमक लो जी कैंट जी एक और डिश ऐसे तैयार होने चाहिए तीन बड़ा चार चम्मच ओके नमक पाला ना बस और कुछ बस हाँ जी आई जीरा ऐसे तुसी रखे हुए सी जीरा डालना सी पहले तो कोई गल नहीं ऐ कर लेने हैं हाँ जी इन्हें सेंटर कर लो ना सेंटर जे कर ले और थोड़ा जा तेल हो डाल दो इतने हल्का जा अरे तेल पाई है कौन सा थोड़ा करो एक मैं एक और टिप दे रही हूं कोई चीज अगर तू सी भूल गए हां एक साइड से स्टेप भूल गए हल्का जा साइड विच करके थोड़ा बस बस ऐसे तू सी जीरा पा लो सी टीस्पून जीरा पा लो ते जीरा नो चाहिदा है थोड़ा जा तेल थोड़ा जा हीट सॉटे होन ले ते ओ सेपरेटली ऐसे सॉटे कर ले क्योंकि आंटी जी भूल गए थी कोई गल नहीं कुकिंग ते बड़ी क्रिएटिव जी चीज होंदी है ते असी लोग कभी भी कुछ भी कर सकते हैं नाले मैं कह भी जेड़ा टिप टिप नंबर 1 फॉर टुडे गुरजी चलो हुन की करना है पनीर पाना है चलो जी पा दो जिन्ना भी थोड़ा अच्छा लगे तो काट वाले क्वांटिटी कटा हो जाता है दो मात्रा नाले मैं तो पहली स्टार्टिंग तो फीलिंग गुड जी आन लगी है जी बटाले वाले ने नाले अपन पूरी सपोर्ट कर ली खिंच के कोई चक्कर ही नहीं हैगा जी थोड़ी कुछ changes कर सकते हो बाद में कटलेट बन जाएगा आप उसी कुछ कर सकते हैं ना तो मैं टेस्ट कर लेनी है तो आधा काम मैं कर लेनी है okay. मुझे भूख भी लगी है एक्चुअली तो आज शादी आई बढ़िया गल है जी कि असि नाल दी नाल अपना शकी भी जाएंगे क्या मैं राइट नमक थोड़ा जा मैंने ज्यादा लग रहा है पर तुसी आलू जब डालोगे हां जी सारे कंट्रोल कर लेंगे सेवियां भी लगनी है ठीक है चलो बस ऐसे ठंडा होने रख देता हां जो ठंडा हो जाएगा बाद ही चाहिए और इस पर आ जाना आलू आज उस तो पहले नहीं आने पाल चलो तो तुसी आलू चलो चलो आलू चलो मदद करो ए महंगे महंगे काम में तो करा ले करी चलो बस इन्हें सी उन अच्छी तरह मैश कर लेना हमने सी लेचे एक बड़ा चार चम्मच थोड़ी जी काली मिर्च क्योंकि आलू मिठे होंगे ना थोड़ी जी और अद्धा चम्मच के करीब ही या 1/4 एक बड़ा चार चम्मच नमक ऐड करना है हाँ जी चलो हुन लगया ना पंजाब दा तड़का यानी साड़ी माँ दा हाथ है ना क्या बात है वाकई सही है फिलिंग करे दे च भर के अच्छी तरह आलूआं च फिर असी इन मैदे दे घोल च भिगोना है डिप करन तो बाद असी इनु सेवियां च लपेटना ओके ते मैदे दा कोल है तुहाडे कोल कि मैंने बनाओगे नहीं नहीं तैयार करके रखा है हां कितने बताओ गुरजी थोड़ी मदद करेगा तुहाडी फ्रिज च भाई मैं हुन लिया आ लो जी सही चक्के जी मैं हां जी हां जी और ना कुछ चक लिया मैंने भी प्लेट नहीं नहीं फिर ठीक है जी ठंडा हो गया ਤਾਂ ਮੇਰੇ ਚ ਨਮਕ ਜ਼ਿਆਦਾ ਲੱਗਾ ਥੋੜਾ ਜਿਹਾ ਮੈਨੂੰ ਲੱਗਿਆ ਤੇ ਫਿਰ ਪਨੀਰ ਨੂੰ ਪਾ ਦਿੰਦੇ ਵਿੱਚ ਉਹਦਾ ਕੀ ਹੈ ਤੁਸੀਂ ਟੇਸਟ ਕਰਕੇ ਵੇਖ ਲਓ ਐ ਲਓ ਨਹੀਂ ਠੀਕ ਠੀਕ ਹੈ ਚਲੋ ਤੁਹਾਨੂੰ ਪਤਾ ਚਲੋ ਚਲੋ ਇਹ ਅਸੀਂ ਇੱਕਦਮ ਇਕੱਠਾ ਨਹੀਂ ਲਾਣਾ ਅੱਛਾ ਹਰ ਪਲੇਟ ਨੂੰ ਰੈਸਟ ਲਈ ਅਲੱਗ ਅਲੱਗ ਕਿਉਂਕਿ ਗਿੱਲਾ ਹੋ ਜਾਂਦਾ ਉਸ ਤੋਂ ਬਾਅਦ ਚਿਪਕਦਾ ਨਹੀਂ ਓਕੇ ਤੇ ਸੇਵੀਆਂ ਰੈਡੀ ਹੋ ਗਈਆਂ ਇੱਥੇ ਹਾਂਜੀ ਸੇਵੀਆਂ ਤਿਆਰ ਹੈ ਹੱਥ ਤੇ ਪਾਣੀ ਲਗਾ ਲੈਣਾ ਜੇ ਪਾਣੀ ਨਹੀਂ ਲਗਾਵਾਂਗੇ ਤਾਂ ਆਲੂ ਚਿਪਕਣਗੇ ਓਕੇ ਇਹਦੀ ਪਤਲੀ ਲੇਅਰ ਤਿਆਰ ਕਰਕੇ ਅੱਛਾ ਇਹਦੇ ਵਿੱਚ ਹੁਣ ਹਾਂਜੀ ਟਿੱਕੀ ਟਾਈਪ ਜਿਹਾ ਬਣਾ ਦੇਣਾ ਹਲੇ ਵਾਹ ਜੀ ਵਾਹ ਨਜ਼ਰਾਂ ਹਟ ਨਹੀਂ ਰਹੀਆਂ ਵੀ ਇਹ ਹੋ ਕੀ ਰਿਹਾ ਨੈਸਟ ਦਾ ਵੇਟ ਕਰ ਰਹੀ ਹਾਂ ਮੈਂ ਐਕਚੁਅਲੀ ਉਹੀ ਵੀ ਜਿਹੜਾ ਆਲਣੀ ਦੀ ਸ਼ੇਪ ਹੈ ਨੈਸਟ ਜਿਹੜਾ ਹੈਗਾ ਉਹ ਕਿੱਦਾਂ ਦਾ ਹੋਊਗਾ ਜੀ ਉਹਦੀ ਗੱਲਬਾਤ ਹੁਣ ਸੋ ਫਿਰ ਅਸੀਂ ਇਹਨੂੰ ਡਿਪ ਕਰਨਾ ਮੈਦੇ ਦੇ ਕੋਲੀ 'ਚ ਅੱਛਾ ਜੀ ਡਿਪ ਕਰਨ ਤੋਂ ਬਾਅਦ ਇਹਨੂੰ ਅਸੀਂ ਸੇਵੀਆਂ 'ਚ ਲਪੇਟ ਲੈਣਾ ਅੱਛਾ ਜੀ ਵਾਹ ਜੀ ਵਾਹ ਇਹ ਵਾਕਈ ਆਲਣਾ ਜਿਹਾ ਲੱਗ ਰਿਹਾ ਜੀ
ਇਹ ਆਂਟੀ ਤੁਹਾਨੂੰ ਆਈਡੀਆ ਕਿੱਥੋਂ ਆਇਆ ਵੀ ਇਦਾਂ ਦੀ ਚੀਜ਼ ਆਪਾਂ ਦੱਸਿਆ ਬਸ ਇਸ ਤਰ੍ਹਾਂ ਹੀ ਸੀ ਮੈਂ ਕੋਲ ਪਈਆਂ ਸੀ ਜਿਹਦਾ ਟਿੱਕੀ ਬਣਾਈ ਦੀ ਕਿਸ ਵੇਲੇ ਟਿੱਕੀ ਬਣਾ ਕੇ ਮੈਂ ਫਰਾਈ ਕੀਤੀ ਬੇਟਾ ਸਕੂਲੋਂ ਆਇਆ ਅੱਛਾ ਮੰਮਾ ਘੋਂਸਲਾ ਜਿਹਾ ਕੀ ਬਣਾਇਆ ਮੈਂ ਕਿਹਾ ਮੈਂ ਤਾਂ ਵੈਸੇ ਬੜੇ ਟੇਸਟਲੀ ਵੀ ਸੀ ਮੈਂ ਕੋਲ ਬਚਿਆ ਸੀ ਜੀ ਕੋਈ ਰੈਸਪੀ ਕਰਵਾਈ ਸੀ ਤੇ ਉੱਪਰ ਲਗਾ ਦਿੱਤੀਆਂ ਉਹਨੂੰ ਅੱਛਾ ਫਰਾਈ ਕਰਨਾ ਹਾਂਜੀ ਤੇ ਮੈਂ ਗਰਮ ਤੇਲ ਰੱਖ ਦਵਾਂ ਹਾਂਜੀ ਰੱਖੋ ਕਿਉਂਕਿ ਉਹਨੂੰ ਵੀ ਟਾਈਮ ਲੱਗੇਗਾ ਨਾ ਗਰਮ ਹੋਣ ਲਈ ਤੇਲ ਇੱਥੇ ਡਾਲ ਦਿਓ ਤੁਸੀਂ ਹੁਣ ਸਾਈ ਛੋਟੇ ਕਰ ਲਈ ਹੈ ਨਾ ਇੱਕ ਕਿੰਨਾ ਪਾਉਣਾ ਜੀ ਆਪਾਂ ਇਹ ਭਰ ਦਿਓ ਡੀਪ ਫਰਾਈ ਕਰਨਾ ਹੈ ਅੱਗੇ ਉਹ ਭਰਤੇ ਰਹੋ ਚਗਨ ਕੁਕੀ ਆਇਲ ਬਸ ਚੰਗਾ ਥੈਂਕ ਯੂ ਵੈਲਕਮ ਜੀ ਤੇ ਇਹ ਇੰਨਾ ਵੱਡਾ ਨੈਸਟ ਇੱਕ ਬੰਦਾ ਖਾ ਸਕਦਾ ਹੈ ਹਾਂਜੀ ਬ੍ਰੇਕਫਾਸਟ ਵਿੱਚ ਬ੍ਰੇਕ ਹੈਵੀ ਵਿਚ ਪ੍ਰੋਟੀਨ ਅਜੇ ਪੰਜਾਬ ਵਿੱਚ ਐਵੇਂ ਜੇ ਬ੍ਰੇਕਫਾਸਟ ਹੋ ਸਕਦਾ ਹੈ ਅਸੀਂ ਸਿੰਪਲ ਐਗਸ ਤੇ ਬੇਕ ਬੀਨਸ ਖਾਂਦੇ ਆ ਆਪਣੇ ਮੈਟਰੋ ਸਿਟੀਜ਼ ਵਿੱਚ ਮੁੰਬਈ ਵਿੱਚ ਤੇ ਇਹ ਵੱਡਾ ਜਿਹਾ ਪੋਟੇਟੋ ਨੈਸਟ ਪੰਜਾਬ ਵਿੱਚ ਖਾਣ ਨੂੰ ਮਿਲਦਾ ਹੈ ਤੁਸੀਂ ਸਵੇ ਜਿਹੜੀ ਪੰਜਾਬੀਆਂ ਦੀ ਥਾਲੀ ਹੁੰਦੀ ਹੈ ਨਾ ਪਿੰਡ ਵਿੱਚ ਜਾ ਕੇ ਮੈਮ ਤੁਸੀਂ ਦੇਖੋਗੇ ਉਹ ਭਰੀ ਹੁੰਦੀ ਹੈ ਪੂਰੀ ਮਤਲਬ ਤੁਸੀਂ ਦੇਖ ਕੇ ਬੰਦਾ ਹੈਰਾਨ ਹੋ ਜਾਂ ਵੀ ਦੋ ਤਿੰਨ ਦਿਨ ਦਾ ਇਕੱਠਾ ਹੀ ਖਾਣਾ ਖਾ ਰਹੇ ਸ਼ਾਇਦ ਤੇ ਉਹ ਕਹਿੰਦੇ ਨੇ ਕਿ ਬ੍ਰੈਕਫਾਸਟ ਤੁਹਾਡਾ ਸਭ ਤੋਂ ਹੈਲਦੀ ਹੋਣਾ ਚਾਹੀਦਾ ਹਾਂਜੀ ਹੈਲਦੀ ਹੋਣਾ ਚਾਹੀਦਾ ਸਾਰਾ ਦਿਨ ਬੇਸ਼ੱਕ ਤੁਸੀਂ ਜ਼ਿਆਦਾ ਨਾ ਖਾਓ ਪਰ ਬ੍ਰੈਕਫਾਸਟ ਚੰਗਾ ਹੋਏ ਤੇ ਪੂਰਾ ਦਿਨ ਚੰਗਾ ਨਿਕਲ ਜਾਂਦਾ ਬਿਲਕੁਲ ਸਹੀ ਹੈ ਜੀ ਅਮ੍ਰਿਤਾ ਮੈਮ ਜਿਹੜੀ ਆਹ ਚੀਜ਼ ਬਣਾਈ ਹੈ ਇਹਨਾਂ ਨੇ ਬਹੁਤ ਸੋਹਣੀ ਲੱਗ ਰਹੀ ਹੈ ਮੇਰੇ ਹਿਸਾਬ ਨਾਲ ਇੱਕ ਫੋਟੋ ਤਾਂ ਬਣਦੀ ਹੈ ਸੈਲਫੀ ਨਾਲ ਹਾਂ ਚਲੋ ਇੱਕ ਹੋਰ ਇਹ ਪੰਜਾਬ ਦਾ ਫੇਮਸ ਰੈਸਿਪੀ ਹੈ ਕਿ ਤੁਹਾਡੀ ਕ੍ਰੀਏਸ਼ਨ ਹੈ ਮੇਰੀ ਕ੍ਰੀਏਸ਼ਨ ਜੇ ਸਭ ਨੂੰ ਪਸੰਦ ਆਉਂਦੀ ਹੈ ਕੋਈ ਆ ਜਾ ਗਿਆ ਸੋ ਬਣਾਉਣ ਅੱਛੀ ਲੱਗਦੀ ਹੈ ਸੋ ਕਾਪੀਰਾਈਟ ਇਧਰ ਨੇ ਜੀ ਇਹ ਜਿਹੜੇ ਇਸ ਡਿਸ਼ ਦੇ ਕਾਪੀਰਾਈਟ ਨੇ ਉਹ ਹੈਗੇ ਨੇ ਜੀ ਹਰਿੰਦਰ ਕੌਰ ਬਿਲਕੁਲ ਜੀ ਕੋਲ ਸ਼ਹਿਰ ਬਟਾਲਾ ਪੰਜ ਪੀਸ ਇਹਨਾਂ ਨੇ ਤਿਆਰ ਕਰ ਦਿੱਤੇ ਨੇ ਅਤੇ ਇਹਦੇ ਵਿੱਚੋਂ ਬਿਨਾਂ ਸੋਚੇ ਸਮਝੇ ਤਿੰਨ ਕੁ ਤਾਂ ਫਿਰ ਮੇਰੇ ਹਿੱਸੇ ਆ ਹੀ ਜਾਣਗੇ ਹੁਣ ਪ੍ਰੋਸੈਸ ਮੇਰੇ ਖਿਆਲ ਤਲਣ ਦਾ ਇਹਨਾਂ ਨੂੰ ਚਲੋ ਹੁਣ ਆਪਣੇ ਪੋਟੇਟੋ ਨੈਸਟ ਫਰਾਈ ਤੇ ਇੱਕ ਇੱਕ ਕਰਕੇ ਫਰਾਈ ਕਰੋਗੇ ਇੱਕ ਇੱਕ ਕਰਕੇ ਜਦ ਥੋੜ੍ਹਾ ਜਦੋਂ ਇੱਕ ਸਾਈਡ ਚੇਂਜ ਕਰਕੇ ਫਿਰ ਦੂਸਰਾ ਪਾ ਸਕਦੇ ਹੋ ਜ਼ਿਆਦਾ ਟਾਈਮ ਤੇ ਲੱਗੇਗਾ ਨਹੀਂ 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 ਸਾਰਾ ਕੁਝ ਪੱਕਿਆ ਹੋਇਆ ਹੈ ਹਾਂਜੀ ਸੇਵਈਆਂ ਨੂੰ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਹਲਕਾ ਜਿਹਾ ਕਲਰ ਆ ਜਾਏਗਾ ਤਾਂ ਅਸੀਂ ਨਿਕਾਲ ਦੇ ਕਰਦੇ ਸਾਈਡ ਚੇਂਜ ਕਰ ਦੋ ਤੇਲ ਦੇ ਨਾਲ ਤੁਸੀਂ ਜਬ ਵੀ ਹੈਂਡਲ ਕਰ ਰਹੇ ਹੋ ਤੇ ਥੋੜਾ ਜਿਹਾ ਧਿਆਨ ਨਾਲ ਦੇਖੋ ਕਲਰ ਬੜਾ ਹੀ ਚੰਗਾ ਆ ਗਿਆ ਵਾਕਈ ਜੀ ਵਾਕਈ ਬੜਾ ਕਰੰਚੀ ਜਿਹਾ ਲੱਗ ਰਿਹਾ ਨਾ ਕਰੰਚੀ ਜਿਹਾ ਵੀ ਲੱਗ ਰਿਹਾ ਹੈ ਇਹ ਨਿਕਾਲ ਲੈਣੀ ਆ ਕੱਢ ਦੇਣੀ ਆ ਆਹਾ ਮੇਰਾ ਦਿਲ ਕਰ ਰਿਹਾ ਜੀ ਹੁਣੇ ਵਸ ਟੁੱਟ ਕੇ ਪੈ ਜਾਉਂਦੇ ਵਰਨੋਂ ਬਸ ਜਾਨੀ ਹੋ ਵੇਟ ਕਰਨੀ ਪੈਣੀ ਹੈ ਸਾਨੂੰ ਮੇਰੇ ਮੂੰਹ ਚ ਸੱਚੀ ਬਹੁਤ ਪਾਣੀ ਆ ਰਿਹਾ ਜੀ ਤੇ ਕਿਆ ਬਾਤ ਹੈ ਕਿਆ ਬਾਤ ਹੈ ਬਿਲਕੁਲ ਜੀ ਬਿਲਕੁਲ ਤੇ ਇੱਦਾਂ ਕਿ ਪ੍ਰੈਜੈਂਟੇਸ਼ਨ ਜਿਹੜੀ ਪਲੇਟ ਹੈ ਇਹਦੇ ਵਿੱਚ ਚਾਰ ਤਾਂ ਜਿਹੜੇ ਪੋਟੈਟੋ ਨੈਸਟ ਹੈ ਇਹ ਫਿੱਟ ਹੋ ਗਏ ਨੇ ਇੱਕ ਬਾਹਰ ਪਿਆ ਸੋ ਜਿਹੜਾ ਬਾਹਰ ਪਿਆ ਉਹਨੂੰ ਸਾਡੇ ਸ਼ੈਫ ਅੰਮ੍ਰਿਤਾ ਮੈਮ ਟੇਸਟ ਕਰਨਗੇ ਅਤੇ ਸਾਨੂੰ ਦੱਸਣਗੇ ਇਹਦੇ ਬਾਰੇ ਹਾਂਜੀ ਅਤੇ ਬਹੁਤ ਮਜ਼ੇਦਾਰ ਲੱਗ ਰਿਹਾ ਦੇਖਣ ਨੂੰ ਤਾਂ ਐਵੇਂ ਟਰਾਈ ਕਰਾਂਗੇ ਆ ਸ਼ੈਫ ਬੜੇ ਓਫੈਂਡਡ ਹੋ ਜਾਂਦੇ ਨੇ ਯੂਜੂਲੀ ਅਗਰ ਸੌਸ ਦੇ ਨਾਲ ਕੁਝ ਖਾਇਆ ਜਾਏ ਤੇ ਅੱਛਾ ਜੀ ਤੇ ਪਹਿਲੇ ਮੈਂ ਐਵੇਂ ਹੀ ਟੇਸਟ ਕਰਾਂਗੀ ਫਿਰ ਸੌਸ ਦਾ ਐਕਸਟਰਾ ਤੜਕਾ ਡਾਲਾਂਗੀ ਠੀਕ ਹੈ ਜੀ ਬਿਲਕੁਲ ਸੋ ਪੋਟੈਟੋ ਨੈਸਟ ਬਟਾਲੇ ਦੀ ਇਹ ਡਿਸ਼ ਵੈਲ ਮੈਮ ਕਿੱਦਾਂ ਦਾ ਲੱਗ ਰਿਹਾ ਟੇਸਟ ਇਹਨਾਂ ਦਾ ਹੋਰ ਟਰਾਈ ਕਰਨਾ ਹੈ ਵੈਲਾਂ ਦਾ ਇਸ਼ਾਰਾ ਮੈਂ ਸਮਝ ਗਿਆ ਅਤੇ ਜਦੋਂ ਤੱਕ ਮੈਮ ਟੇਸਟ ਕਰਕੇ ਦੱਸਦੇ ਹਾਂ ਕਿ ਇਹ ਕਿੱਦਾਂ ਦੀ ਡਿਸ਼ ਤਿਆਰ ਹੋਈ ਹੈ ਤੁਸੀਂ ਇੱਕ ਸ਼ਾਰਟ ਰੀਕੈਪ ਦੇਖੋ ਜੀ ਲੈਟਸ ਹੈਵ ਅ ਵੈਰੀ ਸ਼ਾਰਟ ਰੀਕੈਪ ਪੋਟੇਟੋ ਨੈਸਟ ਇਹਦੇ ਲਈ ਸਾਨੂੰ ਸਮੱਗਰੀ ਚਾਹੀਦੀ ਹੈ ਸ਼ਿਮਲਾ ਮਿਰਚ
कटे हुए प्याज, बारीक कटी हुई अदरक, उबले हुए मटर, अनारदाना पाउडर, पिसी हुई काली मिर्च, जीरा, नमक, मैदे दा कोल, पनीर दे टुकड़े, उबले हुए आलू अते सेवियां। सब तो पहला कटी हुई शिमला मिर्च, प्याज ते अदरक नू एक पैन विच फ्राई करो। उस तो बाद उस विच उबले हुए मटर पा के नाल ही उस ते काली मिर्च दा पाउडर, अनारदाना, नमक ते जीरे दे नाल उन्नू फ्राई करो। फिर कटे हुए पनीर दे टुकड़ियां नू इस मिक्सचर विच मिलाओ। तैयार होने तो बाद मिक्सचर नू ठंडा होन दियो। उबले हुए आलू नू चंगी तरह मैश करो ते उस विच काली मिर्च दा पाउडर ते नमक पा के उन्नू मिलाओ। हुण आलू विच तैयार होए मिक्सचर नू पाओ ते टिक्की नू तैयार करो। टिक्कियां दे चारों पासे सेवियां दी परत चाड़ो ते फिर उन्नू तेल विच फ्राई करो ते हुण तैयार होए पोटेटो नेस्ट नू चटनी दे नाल सर्व करो। वैल, मैं उम्मीद करदा जी तुसी ये रेसिपी नोट कर ली होनी है ते आपां हुण पुछदे आं पोटेटो नेस्ट बारे साडे शेफ दा की कहना। जी मैम, मैं कहनी आ पहले मैं तुहानू टेस्ट करानी आ। अच्छा जी, वाह जी वाह। मैंने चटनी भी लगाई है, चटनी कमाल दी है। आई नो रेसिपी पोटेटो नेस्ट दी है पर चटनी कमाल दी है, हरी चटनी भी ते मिठी चटनी भी कमाल दी है। और जो पोटेटो नेस्ट दी दा टेस्ट है उन्हों होर भी वधिया कर रहा है जी। पोटेटो नेस्ट मैनू चंगा लग्या कि नहीं लग्या? वैल, नहीं लग्या वाली तो गल है नहीं पर ये विनिंग रेसिपी है कि नहीं वो तो मैं बाद विच बताऊंगी। फिलहाल मैं जिन्ना खा रही हाँ तो कुछ कुछ हिंट तो तुसी ले ही सकते हो। Exactly. ले लो। वेल वेल वेल, आंटी जी दे हाथां दा जादू साडे शेफ दे दिल ते चलिया या नहीं चलिया ए तां बाद विच पता लगूगा जी, पर वेला हो गया इत्थे इक ब्रेक दा। ते मित्रो, ब्रेक तो उस पार जादू चलूगा साडे शेफ दे हथां दा। अज की टेस्ट कराउणगे अपनी झोली दे विचों सानू पता लगूगा जी, पर ब्रेक तो बाद। सो लेट्स हैव अ शॉर्ट ब्रेक। ओके गुरजीत जी, एक टिप मैंने तुहानू दित्ती सी फर्स्ट हाफ विच। ओके, आई वांट यू टू रिमेंबर इट। अच्छा, ए ओ तुसी दसे ही आपां नू जे उबालना हैगा ਤਾਂ ਲੋ ਹੀਟ ਤੇ ਉਬਾਲਣਾ ਹੈ। ਸੈਗਮੈਂਟ ਵਿੱਚ ਐਤੇ ਨਹੀਂ ਕਿਹਾ ਸੀ ਮੈਂ। ਯਾ ਸਟਰ ਕਰਦੇ ਰਹਿਣਾ ਆਪਾਂ ਨੂੰ। ਪ੍ਰੈਜੈਂਟੇਸ਼ਨ ਆਬਵੀਅਸਲੀ। ਬੜੀ ਖਰਾਬ ਮੈਮਰੀ ਹੈ। ਯੂ ਆਰ ਆਊਟ। ਹਾਂਜੀ, ਦੇਖ ਰਹੇ ਹੋ ਨਾ ਹਰਿੰਦਰ ਕੌਰ ਦੀ ਰੈਸਿਪੀ ਪੋਟੇਟੋ ਨੈਸਟ। ਇਸ ਐਪੀਸੋਡ ਦੇ ਅਖੀਰ ਵਿੱਚ ਪੁੱਛਿਆ ਜਾਏਗਾ ਇੱਕ ਸਵਾਲ ਜਿਸ ਦਾ ਸਹੀ ਜਵਾਬ ਤੁਹਾਨੂੰ ਜਿਤਾ ਸਕਦਾ ਹੈ ਨਵਿਆ ਸਟੇਨਲੈਸ ਸਟੀਲ ਕੁੱਕਵੇਅਰ ਵੱਲੋਂ ਇੱਕ ਸ਼ਾਨਦਾਰ ਪ੍ਰੈਸ਼ਰ ਕੁੱਕਰ ਅਤੇ ਓਕੇ ਨੌਨ ਸਟਿਕ ਕੁੱਕਵੇਅਰ ਵੱਲੋਂ ਸ਼ਾਨਦਾਰ ਗਿਫਟ ਹੈਂਪਰ। ਤੇ ਫਿਰ ਮਿਸ ਨਾ ਕਰਨਾ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 3। ਬ੍ਰੇਕ ਤੋਂ ਬਾਅਦ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 3। ਵੈਲ, ਅੱਜ ਅਸੀਂ ਬਟਾਲੇ ਪਹੁੰਚੇ ਹੋਏ ਹਾਂ ਜੀ। ਆਂਟੀ ਜੀ ਦੇ ਹੱਥਾਂ ਦੇ ਪਕਵਾਨ ਆਪਾਂ ਟੇਸਟ ਕੀਤੇ, ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਪੋਟੈਟੋ ਨੈਸਟ। ਸਾਡੇ ਸ਼ੈਫ ਨੂੰ ਕਿੱਦਾਂ ਦਾ ਲੱਗਿਆ? ਉਮੀਦ ਕਰਦੇ ਹਾਂ ਇਹਨੇ ਪਸੰਦ ਕੀਤਾ, ਪਰ ਅਸਲ ਨੰਬਰ ਇਹ ਸ਼ੋਅ ਦੇ ਅੱਗੇ ਜਾ ਕੇ ਸਾਨੂੰ ਦੱਸਣਗੇ ਜੀ। ਪਰ ਫਿਲਹਾਲ ਹੁਣ ਵੇਲਾ ਜੀ ਸਾਡੇ ਸ਼ੈਫ ਦੇ ਹੱਥਾਂ ਦਾ ਜਾਦੂ ਦੇਖਣ ਦਾ। ਸੋ ਮੈਮ ਦੱਸੋ ਜੀ, ਅੱਜ ਸਾਡੇ ਲਈ ਫਿਰ ਤੁਸੀਂ ਕੀ ਤਿਆਰ ਕੀਤਾ ਜੀ? ਤੁਸੀਂ ਪਹਿਲੇ ਇੱਥੇ ਆ ਜਾਓ। ਹਾਂ ਬਿਲਕੁਲ, ਮੈਨੂੰ ਪਤਾ ਹੈ ਤੁਹਾਨੂੰ ਕੁਕਿੰਗ ਦਾ ਬੜਾ ਸ਼ੌਂਕ ਹੈ, ਇਸ ਲਈ ਤੁਸੀਂ ਸੈਂਟਰ ਸਟੇਜ ਲੈ ਲੈਂਦੇ ਹੋ, ਪਰ ਜਦ ਤੱਕ ਤੁਸੀਂ ਸਿੱਖੋਗੇ ਨਹੀਂ ਬਿਲਕੁਲ, ਇਹ ਵਾਲਾ ਜੋ ਪੋਜੀਸ਼ਨ ਹੈ ਤੁਹਾਨੂੰ ਮਿਲੇਗਾ ਨਹੀਂ। ਐਗਜੈਕਟਲੀ, ਸੋ ਸਿੱਖ ਰਹੇ ਹਾਂ ਜੀ। ਬਣਾ ਰਹੇ ਹੋ ਸਾਡੇ ਲਈ? ਤੋ ਮੈਂ ਕੀ ਬਣਾ ਰਹੀ ਹਾਂ? ਮੈਂ ਬਣਾ ਰਹੀ ਹਾਂ ਸੇਵਈ ਤੇ ਪਨੀਰ ਦਾ ਖੀਰ। ਤੁਸੀਂ ਵੀ ਸੇਵਈ ਇਸਤੇਮਾਲ ਕੀਤਾ ਤੇ ਪਨੀਰ ਇਸਤੇਮਾਲ ਕੀਤਾ ਤੁਸੀਂ, ਤੇ ਖੀਰ ਕਈ ਲੋਕ ਖਾ ਚੁੱਕੇ ਨੇ, ਅਲੱਗ ਅਲੱਗ ਤਰ੍ਹਾਂ ਦੀ ਖੀਰ ਬਣਦੀ, ਪਰ ਜ਼ਿਆਦਾਤਰ ਲੋਕ ਚਾਵਲਾਂ ਤੋਂ ਬਣਾਉਂਦੇ ਹੈ ਖੀਰ, ਅਤੇ ਫਿਰ ਸੇਵਈ ਦਾ ਵੀ ਖੀਰ ਬਣਦਾ ਹੈ, ਲੇਕਿਨ ਸੇਵਈ ਔਰ ਪਨੀਰ ਦਾ ਜੋ ਕੰਬੀਨੇਸ਼ਨ ਹੈ ਨਾ ਉਹ ਬੜਾ ਮਜ਼ੇਦਾਰ ਹੈ, ਅਤੇ ਉਹ ਮੈਂ ਬਣਾਉਣ ਲੱਗੀ ਹਾਂ। ਐਂਡ ਉਹਦੇ ਲਈ ਇੱਥੇ ਦੁੱਧ ਰੱਖ ਦਿੱਤਾ ਮੈਂ ਉਬਾਲਣ, ਅਤੇ ਇੱਥੇ 2-3-4-5 ਇਲਾਇਚੀ ਦੇ ਪੌਡਸ। ਇਲਾਇਚੀ ਬੜੀ ਪਿਆਰੀ ਖੁਸ਼ਬੂ ਅਤੇ ਫਲੇਵਰ ਦਿੰਦੀ ਹੈ, ਅਤੇ 4-5 ਵੀ ਹੋ ਜਾਣ ਤਾਂ ਕੋਈ ਪ੍ਰੋਬਲਮ ਨਹੀਂ ਹੈ। ਮੈਂ ਦੁੱਧ ਨੂੰ ਇਨਫਿਊਜ਼ ਕਰਾਂਗੀ ਇਸ ਫਲੇਵਰ ਦੇ ਨਾਲ, ਬਾਅਦ 'ਚ ਮੈਂ ਇਸ ਇਨ ਪੌਡਸ ਨੂੰ ਨਿਕਾਲ ਦੇਵਾਂਗੀ। ਓਕੇ, ਠੀਕ ਹੈ। ਅਤੇ ਇੱਥੇ ਹੋ ਰਿਹਾ ਸਾਡਾ ਦੁੱਧ ਉਬਲ ਰਿਹਾ ਹੈ, ਇੱਥੇ ਮੈਂ ਕੁਛ 2-3 ਚੀਜ਼ ਕਰਾਂਗੀ। ਇਹ ਮੇਰੇ ਕੋਲ ਹੈ ਸੈਸਮੀ ਸੀਡਸ ਜੀ। ਓਕੇ, ਤਿਲ। ਹਾਂਜੀ, ਤਿਲ ਬੜਾ ਹੀ ਫਾਇਦੇਮੰਦ ਹੁੰਦਾ ਹੈ, ਕੈਲਸ਼ੀਅਮ, ਫੁੱਲ ਆਫ ਕੈਲਸ਼ੀਅਮ। ਐਂਡ ਰੋਸਟ ਕਰੋਗੇ? ਹਾਂਜੀ,
बोन्स दे लई बड़ा ही अच्छा होंदा है ते मैं इनो थोड़ा जिहा रोस्ट करांगी ए मैं यूज करांगी एंड विच गार्निश लई और थोड़ा जिहा क्रंच क्योंकि सेवैया भी दूध विच जाके सॉफ्ट हो जाएगी पनीर ते सॉफ्ट होंदा ही है दूध ते सॉफ्ट होंदा है मैनू थोड़ा जिहा क्रंच चाहिदा ते मैं उत्तों डालांगी ये सेसमी सीड्स यानी कि तिल सफेद तिल ब्लैक तिल भी तुसी यूज कर सकते हो लेकिन समाओ खीर दे उते ब्लैक थोड़ा ब्लैक एंड वाइट हो जाना हां ऑड इन द इवन ऑड इन द इवन तो मैं इनो जरा हल्का जरा रोस्ट करूंगी जी सीड्स होंदे ने बड़े डेलिकेट होंदे ने तो यू कांट यू हैव टू बी वेरी केयरफुल इन्हें रोस्ट करने बार बार इनो हिलाना होंदा है ताकि वो ज्यादा बड़ी जल्दी जलने का डर होंदा है तो एक मैनू प्लेट चाहिए है गुरजीत विल यू हेल्प मी प्लीज जी बिल्कुल मैं लेके आऊंगा ते ए देखो वधिया कलर आ गया है गुलाब गुलाब रंग ज्यादा डार्क नहीं करना है ज्यादा डार्क नहीं करना है करेक्ट पर हल्का जा कलर मेनु चाहिदा है क्योंकि वाइट खीर दे उते ओ कलर हटके दिखना चाहिदा है ना ते ओके चलो ते मैं ए जी निकाल लेनी हां बड़े ध्यान नाल जिस तरह इन्होंने पोटैटो नेस्ट बनाया उसी तरह उस नेस्ट ਦਾ ਇਸਤੇਮਾਲ ਮੈਂ ਕਰ ਰਹੀ ਹਾਂ ਕੁਛ ਖੀਰ ਬਣਾ ਰਹੀ ਹਾਂ ਇਹਨਾਂ ਨੇ ਕਰੰਚੀ ਬਣਾਇਆ ਤੇ ਮੈਂ ਸੇਮ ਇਨਗਰੀਡੀਅੰਟ ਦੇ ਨਾਲ ਮਿੱਠਾ ਤਿਆਰ ਕਰ ਰਹੀ ਹਾਂ ਮਿੱਠਾ ਤੇ ਕੁਛ ਸੌਫਟ ਵਾਹ ਜੀ ਵਾਹ ਹੈ ਨਾ ਸੋ ਇਹ ਹੀ ਖਾਸੀਅਤ ਸਾਡੇ ਸ਼ੈਫ ਦੀ ਕੀ ਹੈ ਜਿਹੜੇ ਇਨਗਰੀਡੀਅੰਟਸ ਮੌਜੂਦ ਹੁੰਦੇ ਆ ਉਹਨਾਂ ਨੂੰ ਵੀ ਯੂਜ਼ ਕਰਦੇ ਨੇ ਕਿਚਨ ਦੇ ਵਿੱਚ ਅੱਛਾ ਇਹਦੇ ਵਿੱਚ ਥੋੜਾ ਜਿਹਾ ਮੈਂ ਘੀ ਡਾਲ ਦੇਵਾਂਗੀ ਹਲਕਾ ਜਿਹਾ ਦੇਸੀ ਘੀ ਤੇ ਉਹ ਹੋਰ ਵੀ ਸੋਨਾ ਰੰਗ ਆ ਜਾਏਗਾ जो मलाई बैठेगी ना उदे नाल साडा जो खीर है और भी क्रीमी हो जाएगा बड़ा मजेदार हो जाएगा जी खुशबू आ रही है इलायची दी बिल्कुल बिल्कुल जी सोना कलर आ गया हां बहुत सोना कलर ब्राउन हो गया हां चलो उन एनो साइड करके काट देंगे ऐसी कट देने हां काफी हल्दी रेसिपी है ਹੋਰ ਇਹ ਜੇ ਹੈ ਜੀ ਹਾਂ ਬਦਾਮ ਬਦਾਮ ਸਲਾਈਸਡ ਆਲਮੰਡਸ ਇਹਨੂੰ ਮੈਂ ਹਲਕਾ ਜਿਹਾ ਕ੍ਰਿਸਪੀ ਕਰਨ ਲਈ ਉਹਨਾਂ ਦੇ ਤੇ ਸੈਸਮੀ ਸੀਡਸ ਵੀ ਹੈ ਜੀ ਆਲਮੰਡਸ ਵੀ ਹੈ ਤੁਸੀਂ ਚਾਹੋ ਤੇ ਪਿਸਤਾ ਡਾਲ ਸਕਦੇ ਹੋ ਪਰ ਮੈਂ ਇਹਨੂੰ ਹਲਕਾ ਜਿਹਾ ਘੀ ਵਿੱਚ ਰੋਸਟ ਕਰ ਰਹੀ ਹਾਂ ਟੂ ਗੈਟ ਦੈਟ ਲਿਟਲ ਐਕਸਟਰਾ ਹਾਂ ਕਲਰ ਵੀ ਤੇ ਕ੍ਰੰਚੀਨੈਸ ਵੀ ਸੇਤ ਵੀ ਖੁਸ਼ਬੂ ਆ ਰਹੀ ਹੈ ਕੜੇ ਪ੍ਰਸ਼ਾਦ ਵਾਲੀ ਬਿਲਕੁਲ ਹਾਂ ਐਕਚੁਅਲੀ 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 ਕੜਾ ਪ੍ਰਸ਼ਾਦ ਵਾਲੀ ਖੁਸ਼ਬੂ ਆ ਰਹੀ ਹੈ ਜੀ ਕੜਾ ਪ੍ਰਸ਼ਾਦ ਦੀ ਖੁਸ਼ਬੂ ਕਲਰ ਦੇਖੋ ਕਿੰਨਾ ਪਿਆਰਾ ਆ ਗਿਆ ਗੋਲਡਨ ਕਲਰ ਆ ਗਿਆ ਚਲੋ ਤੇ ਇਹ ਹੋ ਗਿਆ ਸਾਡਾ ਰੋਸਟਿੰਗ ਦਾ ਕੰਮ ਓਕੇ ਸੋ ਮੇਰੇ ਖਿਆਲ ਮੇਰੇ 5 ਮਿੰਟ ਹੀ ਤੁਹਾਨੂੰ ਲੱਗੇ ਸਾਰਾ ਕੁਝ ਕਰਦੇ ਕਰਦੇ ਹਾਂ ਇਹ ਬੜੀ ਈਜ਼ੀ ਰੈਸਿਪੀ ਹੈ ਤੁਹਾਨੂੰ ਤਾਂ ਪਤਾ ਹੀ ਹੈ ਮੈਨੂੰ ਪ੍ਰੋਬਲਮ ਹੈ ਬੜੀ ਵੱਡੀ ਵੱਡੀ ਐਂਡ ਕੰਪਲਿਕੇਟਿਡ ਰੈਸਿਪੀਜ਼ ਮੈਂ ਨਹੀਂ ਬਣਾ ਸਕਦੀ ਤੇ ਮੈਂ ਇਹ ਸਾਰਾ ਕੁਝ ਮਿਕਸ ਕਰਕੇ ਹੁਣ ਦੁੱਧ ਵਿੱਚ ਪਾਣਾ ਜੀ ਆਪਾਂ ਸਾਰਾ ਕੁਝ ਨਹੀਂ ਇੱਕ ਇੱਕ ਕਰਕੇ ਅੱਛਾ ਤਾਂ ਸਭ ਤੋਂ ਪਹਿਲਾਂ ਸੇਵੀਆਂ ਜਾਏਗੀ ਹਾਂ ਜੇ ਇਦਾਂ ਹੀ ਛੱਡ ਦਈਏ ਤਾਂ ਇਹ ਸੇਵੀਆਂ ਕੱਲੀਆਂ ਬਣ ਸਕਦੀਆਂ ਦੁੱਧ ਵਾਲੀਆਂ ਕਿ ਨਹੀਂ ਉਹ ਸੇਵੀਆਂ ਕਈਆਂ ਨੂੰ ਪਸੰਦ ਹੈ ਮੈਨੂੰ ਵੀ ਚੰਗੀ ਲੱਗਦੀ ਹੈ ਤੇ ਇਹ ਦੇਖੋ ਹੁਣ ਸੇਵੀਆਂ ਤੇ ਹੋ ਗਈਆਂ ਨੇ ਜੀ ਹੁਣ ਮੈਂ ਇਹ ਪਨੀਰ ਇਹਦੇ ਵਿੱਚ ਡਾਲ ਲਿਆ ਪਨੀਰ ਦਾ ਕੀ ਹੈ ਨਾ ਸਟੋਰੀ ਤੁਸੀਂ ਅਗਰ ਬੜੀ ਜਲਦੀ ਡਾਲ ਦੋਗੇ ਪਹਿਲਾਂ ਡਾਲ ਦੋਗੇ ਤੇ ਕੜਕ ਹੋ ਜਾਏਗੀ ਓਕੇ ਤੇ ਰਬੜੀ ਹੋ ਜਾਏਗੀ ਤੇ ਯੂ ਡੋਨਟ ਵਾਂਟ ਦੈਟ ਇਹਨੂੰ ਬੜੇ ਸਲੋ ਆਂਚ ਵਿੱਚ ਹਾਂ ਐਂਡ ਸਾਥ ਸਾਥ ਹੀ ਅਸੀਂ ਚੀਨੀ ਡਾਲ ਠੀਕ ਹੈ ਕਿਉਂਕਿ ਇਹਨਾਂ ਚੀਨੀ ਇੱਥੇ ਪਾਈ ਹੈ ਕਈ ਲੋਕੀ ਜਿਹੜੇ ਡਾਇਬੀਟੀਜ਼ ਦੇ ਮਰੀਜ਼ ਹੁੰਦੇ ਨੇ ਉਹ ਸੋਚਦੇ ਨੇ ਅਸੀਂ ਚੀਨੀ ਦੀ ਜਗ੍ਹਾ ਕੀ ਯੂਜ਼ ਕਰੀਏ ਸੋ ਸਾਡੇ ਕੋਲ ਇੱਕ ਪ੍ਰੋਡਕਟ ਹੈਗਾ ਜੀ ਸ਼ੂਗਰ ਫ੍ਰੀ ਨੈਚੂਰਾ ਚੀਨੀ ਵਰਗਾ ਸਵਾਦ ਬਿਨਾ ਕੈਲਰੀਜ਼ ਤੋਂ ਤੁਸੀਂ ਉਹਨੂੰ ਯੂਜ਼ ਕਰੋ ਜੀ ਤੇ ਆਪਣੀ ਜਿਹੜੀ ਖੀਰ ਹੈਗੀ ਇਹਨੂੰ ਮਤਲਬ ਸਵਾਦ ਨਾਲ ਚੱਕ ਸਕਦੇ ਹੋ ਓਕੇ ਗੁਰਜੀਤ ਜੀ ਇੱਕ ਟਿਪ ਮੈਨੇ ਤੁਹਾਨੂੰ ਦਿੱਤੀ ਸੀ ਫਰਸਟ ਹਾਫ ਵਿੱਚ ਓਕੇ ਆਈ ਵਾਂਟ ਯੂ ਟੂ ਰਿਮੈਂਬਰ ਇਟ ਬਿਕਾਜ਼ ਆਈ ਨੀਡ ਦੈਟ ਟੂ ਬੀ ਡਨ ਨਾਓ ਅੱਛਾ ਇਹ ਉਹ ਤੁਸੀਂ ਦੱਸਿਆ ਸੀ ਆਪਾਂ ਨੂੰ ਜੇ ਉਬਾਲਣਾ ਹੈਗਾ ਤਾਂ ਲੋ ਹੀਟ ਤੇ ਉਬਾਲਣਾ ਹੈ ਔਰ ਸੈਗਮੈਂਟ ਵਿੱਚ ਐਤੇ ਨਹੀਂ ਕਿਹਾ ਸੀ ਮੈਂ ਯਾ ਸਟਰ ਕਰਦੇ ਰਹਿਣਾ ਆਪਾਂ ਨੂੰ ਅੱਛਾ ਮੈਂ ਹਿੰਦ ਦੇ ਨਿਆ ਅਬ ਜੇ ਰੈਸਿਪੀ ਹੈ ਆਲਮੋਸਟ ਰੈਡੀ ਹੈ ਠੀਕ ਹੈ ਥਿਕ ਹੋ ਗਈ ਹੈ ਸਾਰਾ ਕੁਝ ਪੱਕ ਗਿਆ ਹੈ ਅੱਛਾ ਜੀ ਹੁਣ ਸਾਨੂੰ ਕੀ ਕਰਨਾ ਹੈ ਇਲਾਇਚੀ ਕੱਟਣੀ ਵਿੱਚੋਂ ਮੈਂ ਕੰਮ ਰਹਿ ਜਿੱਧਰ ਉਧਰ ਹੁਣ ਸਾਰਾ ਬਟਿਆ ਨਹੀਂ ਹੋ ਆਲ ਬੀ ਔਨ ਪੁਆਇੰਟ ਸਮਟਾਈਮ ਹੋਰ ਮੈਂ ਇੱਕ ਇੱਕ ਹਿੰਟ ਹੋਰ ਦੇ ਸਾਨੂੰ ਹਾਂਜੀ ਇਹ ਮੈਨੂੰ ਸਰਵ ਕਰਨਾ ਹੈ ਲੋਕੀ ਨੂੰ ਮੇਰੇ ਘਰ ਗੈਸ ਆਏ ਨੇ
की करना चाहिए उतारन तो पहला प्रेजेंटेशन ऑब्वियसली बड़ी खराब मेमोरी है यू आर आउट ट्वेंटी वोटी नाल मेनू मिलना पड़ेगा उन्हों वॉन करना पड़ेगा कि एनू खाना ना बना दे टेस्ट करना है हाँ पिछली बार ऐसी नमक टेस्ट कितना सी होन ऐसी चीनी खंड टेस्ट करेंगे क्योंकि एक्चुअली खीर विच तो तुसी बाद विच भी पा सकते हो बट दैट्स नॉट द राइट प्रोसेस ओके चलो हुन तुसी टेस्ट करो मैनू पता गरम है ध्यान नाल आंटी जी तुसी भी टेस्ट करो मैनू दसो चीनी ठीक है कि नहीं बिल्कुल परफेक्ट है जी मेरे साथ परफेक्ट है सब कुछ पक गया है ए ना टिप मेरे डैडी ने मेरे मम्मा नु दी सी ओके कि हुन ते वो है नहीं पर वो कहंदे सी कि खाना टेबल विच लान तो पहला खुद टेस्ट करो बहुत आले करो टेस्ट बहुत अच्छा चल रहा है चलो अप्रूव बंद कर दवा चलो जी बंद कर दिता थिकनेस ठीक है आंटी जी हां जी ठीक लग रही क्योंकि ठंडी होने ते थोड़े जे गाढ़ियां हो जाने हैं जे वेल दोस्तों आपां फिर इदां करदे हां जदों तक ए खीर थिक हो रही है थोड़ी जी होर ते तुसी रीकैप देखो इस सारी डिश दा लेट्स हैव अ वेरी शॉर्ट रीकैप पनीर अते सेवियां दी खीर एदे लई सानू सामग्री चाहिदी दुध लाची तिल सेवियां देसी घ्यो चीनी छोटे कटे हुए बादाम दे टुकड़े छोटे कटे हुए पनीर दे टुकड़े सब तो पहला एक पैन विच दुध नू हरी इलायची पा के उबाल लो दूजे पैन विच तिल नू पुनो फिर सेवियां ते बादाम दे टुकड़ियां नू भी पुन लो हुण पुनी हुई सेवियां नू दुध विच पाओ ते पकन दियो फिर धीमी आंच ते छोटे कटे हुए पनीर दे टुकड़ियां अते चीनी नू दुध च मिला के उन्नू पकन दियो खीर दे तैयार हो जाण तो बाद उस विच्चों साबुत लाची नू बाहर कढ़ना ना भुलना ते हुण इस तों बाद तिल दे दाणियां अते उने होए छोटे कटे बादाम दे टुकड़े दे नाल खीर नू सजाओ वल दोस्तों उम्मीद करदे हां कि तुसी रेसिपी नोट कर ली होणी ते मैम हुण ए तैयार है जी डिश अपनी तुहानू की लगदा है जो गार्निश होंदा है ना ओदा सिर्फ लुक लई काम नहीं होंदा ऐ ओनू एक अलग लेवल ते लेके जाएगा ठीक है मैं तुहानू इस बात दा सारा प्रूफ देना चाहती हूँ तो ऐ तुसी एक बाइट लो ओके ठीक है फिर मैं दूजा बाइट भी कराऊंगी थोड़ी देर दे बाद ठीक है ना ड्राई फ्रूट बहुत ज्यादा पसंद कर देने कई हेट कर देने मेरे पत्थर ले निकाल दो है ए जरा लेट लो उठाए प्लीज हुन असी ए जे सेसमे सीड्स है वो डालेंगे क्रंच भी आएगा ते हेल्थ भी और ये जो अपना रोस्टेड नट्स हैं आमंड स्लाइसेस वो भी पा दो ते देखो कलर कितना चंगा आ गया देखने में बड़ा सोना लग रहा है जी वाइट दोनों का कॉम्बिनेशन बहुत सोना बिल्कुल जी बिल्कुल चलो ते हुन हो गई डिश रे क्या बात है जी वेल दोस्तों ये डिश हुन बिल्कुल तैयार बर तैयार है ते असी तीनों ही नहीं इनू टेस्ट करांगे बल्कि सारा परिवार टेस्ट करेगा जी सो जिदा ही सारा परिवार इकट्ठा होंदा है आपां टेस्ट करांगे ते तुहानू टेस्ट बारे दसांगे पर फिलहाल तुसी एक ब्रेक लवो ते जल्दी वापस आयो जी मिलदे हां जी ब्रेक तो बाद पहले मैं अपना ले आई हां तुसी आ डिश टेस्ट करो बाद च अच्छा ए की है ए वेजिटेरियन फिश जे fish and veg fish hai badi anokhi gall ho gayi eh kide naal banaya acha main taste karni ha ਹਾਂਜੀ ਦੇਖ ਰਹੇ ਹੋ ਨਾ ਹਰਿੰਦਰ ਕੌਰ ਦੀ ਰੈਸਿਪੀ ਪੋਟੇਟੋ ਨੈਸਟ ਇਸ ਐਪੀਸੋਡ ਦੇ ਅਖੀਰ ਵਿੱਚ ਪੁੱਛਿਆ ਜਾਏਗਾ ਇੱਕ ਸਵਾਲ ਜਿਸ ਦਾ ਸਹੀ ਜਵਾਬ ਤੁਹਾਨੂੰ ਜਿਤਾ ਸਕਦਾ ਹੈ ਨਵਿਆ ਸਟੇਨਲੈਸ ਸਟੀਲ ਕੁੱਕਵੇਅਰ ਵੱਲੋਂ ਇੱਕ ਸ਼ਾਨਦਾਰ ਪ੍ਰੈਸ਼ਰ ਕੁੱਕਰ ਅਤੇ ਓਕੇ ਨੌਨ ਸਟਿਕ ਕੁੱਕਵੇਅਰ ਵੱਲੋਂ ਸ਼ਾਨਦਾਰ ਗਿਫਟ ਹੈਂਪਰ ਤੇ ਫਿਰ ਮਿਸ ਨਾ ਕਰਨਾ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 3 ਵੈਲਕਮ ਬੈਕ ਐਵਰੀਵਨ ਤੇ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 3 ਤੇ ਹੁਣ ਵੇਲਾ ਆ ਗਿਆ ਜੀ ਉਸ ਕੜੀ ਦਾ ਜਿਨ੍ਹਾਂ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਜੀ ਯਾਨੀ ਕਿ ਸਾਡੇ ਸ਼ੈਫ ਅੰਮ੍ਰਿਤਾ ਮੈਮ ਵੱਲੋਂ ਬਣਾਈ ਗਈ ਡਿਸ਼ ਨੂੰ ਟੇਸਟ ਕਰਨ ਦਾ ਟਾਈਮ ਆ ਗਿਆ ਜੀ ਸਾਰੀ ਫੈਮਿਲੀ ਇਕੱਠੀ ਹੈ ਜੀ
ਤੇ ਮੈਮ ਇਜਾਜ਼ਤ ਹੋਵੇ ਤਾਂ ਤੁਹਾਡੀ ਹੁਣ ਬਣਾਈ ਹੋਈ ਡਿਸ਼ ਨੂੰ ਟੇਸਟ ਕਰੀਏ ਆਪਾਂ। ਪਹਿਲੇ ਮੈਂ ਬਣਾ ਕੇ ਲਿਆਈ ਹਾਂ, ਤੁਸੀਂ ਇਹ ਡਿਸ਼ ਟੇਸਟ ਕਰੋ ਬਾਅਦ ਚ। ਅੱਛਾ ਇਹ ਕੀ ਹੈ? ਇਹ ਵੈਜੀਟੇਰੀਅਨ ਫਿਸ਼ ਜੇ। ਫਿਸ਼? ਫਿਸ਼ ਹਾਂਜੀ, ਵੈਜ ਵੈਜ ਫਿਸ਼ ਹੈ। ਇਹ ਤਾਂ ਬੜੀ ਅਨੋਖੀ ਗੱਲ ਹੋ ਗਈ। ਇਹ ਕਿਹਦੇ ਨਾਲ ਬਣਾਇਆ? ਅੱਛਾ ਮੈਂ ਟੇਸਟ ਕਰਨੀ ਆ ਤੇ ਮੈਂ ਗੈਸ ਕਰ ਸਕਦੀ ਆ ਕਿ ਨਹੀਂ। ਇਹ ਵੇਖਿਆ ਜਾਏ ਕੁਛ ਗੈਸ ਕਰਨ ਲਈ ਜੇ ਇਸ ਟਾਈਪ ਵੱਲ ਤੋੜੋਗੇ ਨਾ ਫਿਰ ਦੇਖੋ ਤੁਹਾਨੂੰ ਫਿਸ਼ ਦੀ ਸਵੇਰ ਦੀ। ਇਹ ਮਤਲਬ ਵੈਜੀਟੇਰੀਅਨ ਬੰਦੇ ਇਹ ਫਿਸ਼ ਨੌਨ ਵੈਜ ਤਾਂ ਨਹੀਂ ਖਾਂਦੇ? ਨਹੀਂ ਨਹੀਂ ਨਹੀਂ, ਵੈਜੀਟੇਰੀਅਨ ਅਰਬੀ ਦੀ ਹੈ। ਪਿਓਰ ਵੈਜੀਟੇਰੀਅਨ? ਹਾਂਜੀ ਹਾਂਜੀ, ਪਿਓਰ ਵੈਜ। ਪਿਓਰ ਵੈਜ ਬੋਲਣ ਲੱਗੀ ਸੀ, ਤੁਸੀਂ ਇਹ ਹੀ ਲੈ ਲਓ। ਆਹਾਂ, ਇਸ ਤਰ੍ਹਾਂ ਸੇ ਤੁਸੀਂ ਕਾ ਜੋ ਤਾਜ਼ੀ ਹੁੰਦੀ ਹੈ ਨਾ, ਹਾਂਜੀ ਉਸ ਉੱਤੇ ਤੁਸੀਂ ਖਾਓ ਨਾ। ਉਹ ਤਿੰਨ ਵਾਰ ਕਰੋ। ਮੈਂ ਦੱਸਣਾ ਚਾਹੁੰਦੀ ਹਾਂ ਬਿਕੋਜ਼ ਜਦ ਅਸੀਂ ਐਪੀਸੋਡ ਸਟਾਰਟ ਕੀਤਾ ਸੀ ਮੈਂ ਕਿਹਾ ਸੀ ਕਿ ਤੁਹਾਡਾ ਜੇ ਨੈਸਟ ਹੈ ਉਹ ਨੈਸਟ ਲੱਗੇਗਾ ਕਿ ਨਹੀਂ ਇਹ ਮੈਂ ਬਤਾਵਾਂਗੀ। ਹਾਂਜੀ ਹੁਣ ਦੱਸੋ। ਡੈਫੀਨੇਟਲੀ ਲੱਗਦਾ ਹੈ। ਮੇਰੇ ਦਿਮਾਗ ਵਿੱਚ ਕੁਛ ਹੋਰ ਗੱਲ ਸੀ। ਮੈਂ ਸੋਚਿਆ ਸੀ ਤੁਹਾਨੂੰ ਕਹਾਂਗੀ ਕਿ ਇਹ ਜੇ ਸੇਵਈਆਂ ਹੈ ਇਹਨਾਂ ਨੂੰ ਅਲੱਗ ਨਾਲ ਫਰਾਈ ਕਰ ਲਓ ਤੇ ਉਹਦਾ ਨੈਸਟ ਬਣਾਓ ਤੇ ਜੇ ਟਿੱਕੀ ਹੈ ਉਸਨੂੰ ਉਹ ਨੈਸਟ ਦੇ ਉੱਤੇ ਰੱਖੋ ਤੇ ਉਹ ਅੰਡਾ ਲੱਗੇਗਾ ਤੇ ਉਹ ਨੈਸਟ। ਮੇਰਾ ਵੀ ਵਿਚਾਰ ਸੀਗਾ ਕਿ ਇਹ ਨੂਡਲਸ ਨੂੰ ਬੋਇਲਡ ਨੂੰ ਛਾਣੀ ਦੇ ਵਿੱਚ ਰੱਖ ਕੇ ਉਹ ਤੇ ਤੁਰੰਤ ਨੈਸਟ ਜਾਂ ਪੂਰਾ ਨੈਸਟ ਬਣ ਜਾਣਾ ਸੀ। ਇਹ ਵੀ ਆਈ ਮਸਟ ਸੇ ਕਿ ਨੈਸਟ ਜਿਵੇਂ ਲੱਗਦਾ ਤੇ ਉਸ ਤੇ ਤੁਸੀਂ ਪਾ ਸਕਦੇ। ਓਕੇ, ਹੁਣ ਤੁਸੀਂ ਲੋਕ ਮੇਰਾ ਨੈਸਟ ਤਿਆਰ ਕਰੋ। ਕੀ ਬਾਤ ਹੈ! ਤੇ ਲਿਓ ਜੀ ਫਿਰ ਮੈਂ ਸਰਵ ਕਰ ਦਿੰਦਾ। ਮੈਂ ਮਿਕਸ ਕਰ ਲਾਂ ਜੀ ਫਿਰ ਕਰ ਲਓ। ਸੇਵੀਆਂ ਤੇ ਪਨੀਰ ਦੀ ਬਣਾਈ ਹੋਈ ਖੀਰ ਤੇ ਕਰੰਚੀਨੈਸ ਆਫ ਨਟਸ ਐਂਡ ਸੀਡਸ। ਆ ਰਾਈਟ ਰਾਈਟ ਰਾਈਟ। ਬਹੁਤ ਵਧੀਆ ਵਧੀਆ ਬਹੁਤ ਵਧੀਆ ਪੱਕਾ। ਹਾਂਜੀ ਸਾਂਡੂ ਜੀ। ਮੈਨੂੰ ਯਾਦ ਰਹੂਗਾ ਮੈਂ ਤਾਂ ਹੀ ਦੱਸਾਂਗਾ। ਵੈਸੇ ਬੋਲਣ ਵਾਲੀ ਨਹੀਂ। ਹਾਂਜੀ ਇਹ ਇਹ ਗੱਲ ਹੈਗੀ ਹੈ। ਵਾਹ ਜੀ ਵਾਹ, ਕੀ ਬਾਤ ਹੈ ਜੀ! ਬਿਲਕੁਲ ਜੀ ਬਿਲਕੁਲ। ਸੋ ਸਾਡੇ ਸ਼ੈਫ ਅੰਮ੍ਰਿਤਾ ਮੈਮ ਨੇ ਤਿਆਰ ਕੀਤੀ ਸੀਗੀ ਜੀ ਸੇਵੀਆਂ ਤੇ ਪਨੀਰ ਦੀ ਬਣੀ ਹੋਈ ਖੀਰ ਤੇ ਖਾਈ ਆਪਾਂ ਸਾਰੇ ਵੀਰ ਚਲਾ। ਹਾਂ, ਜਾਣ ਦਾ ਟਾਈਮ ਆ ਗਿਆ ਤੇ ਪਰ ਹੁਣ ਸਾਡਾ ਵੀ ਫਰਜ਼ ਬਣਦਾ ਕਿ ਤੁਹਾਨੂੰ ਤੁਸੀਂ ਸਾਨੂੰ ਡਿਸ਼ਿਜ਼ ਬਣਾ ਕੇ ਖਵਾਈਆਂ ਨੇ ਜੀ, ਰਾਈਟ? ਤਾਂ ਇਹ ਤਾਂ ਚਲੋ ਅੰਮ੍ਰਿਤਾ ਮੈਮ ਵੱਲੋਂ ਸੀਗਾ ਜੀ ਤੁਹਾਨੂੰ ਇੱਕ ਗਿਫਟ, ਪਰ ਸਾਡੇ ਸਪੋਂਸਰਸ ਵੱਲੋਂ ਵੀ ਕੁਝ ਗਿਫਟ ਤੁਹਾਡੇ ਲਈ ਤਿਆਰ ਨੇ। ਸੋ ਪੇਸ਼ ਕਰੀਏ ਜੀ ਮਹਿਮਾਨਾਂ ਲਈ। ਸਾਡਾ ਪਹਿਲਾ ਗਿਫਟ ਤੁਹਾਨੂੰ ਮਿਲਦਾ ਜੀ MDH ਦੇ ਵੱਲੋਂ, ਐਂਡ ਹੇਅਰ ਯੂ ਗੋ। ਸੋ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਫੈਮਿਲੀ ਨੂੰ। ਸੋ MDH ਦੇ ਵੱਲੋਂ MDH ਦਾ ਰੀਅਲ ਸਪਾਈਸ ਆਫ ਇੰਡੀਆ। ਤੇ ਹੁਣ ਵਾਰੀ ਆ ਜੀ ਗਗਨ ਜਸ਼ਨ ਮੂਮੈਂਟ ਦੀ। ਸੋ ਹੇਅਰ ਯੂ ਗੋ, ਗਗਨ ਕੁਕਿੰਗ ਆਇਲ ਵੱਲੋਂ ਤੁਹਾਨੂੰ ਮਿਲਦਾ ਜੀ ਇੱਕ ਗਿਫਟ ਵਾਊਚਰ। ਸੋ ਕੰਗ੍ਰੈਚੁਲੇਸ਼ਨ ਸਾਰਿਆਂ ਨੂੰ। ਥਰਡ ਗਿਫਟ ਤੁਹਾਨੂੰ ਮਿਲਦਾ ਜੀ ਸਾਡੇ ਕੂਲਿੰਗ ਪਾਰਟਨਰ ਦੇ ਵੱਲੋਂ ਜੋ ਕਿ ਹੈ ਹਾਇਰ। ਸੋ ਹਾਇਰ ਵੱਲੋਂ ਤੁਹਾਨੂੰ ਮਿਲਦਾ ਜੀ ਹਾਇਰ ਵੱਲੋਂ ਬ੍ਰੈਂਡ ਨਿਊ ਫ੍ਰਿਜ। ਸੋ ਕੰਗ੍ਰੈਚੁਲੇਸ਼ਨ ਹਾਇਰ, ਇੰਸਪਾਇਰਡ ਲਿਵਿੰਗ। ਵੈਲ, ਤੁਹਾਡੇ ਨਾਲ ਇੱਥੇ ਬਹੁਤ ਸਾਰਾ ਮਜ਼ਾ ਆਇਆ ਸਾਨੂੰ ਤੇ ਅਸੀਂ ਬਹੁਤ ਇੰਜੋਏ ਵੀ ਕੀਤਾ ਤੇ ਨਾਲ ਦੀ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਵੀ ਗਿਫਟਸ ਪਸੰਦ ਆਏ ਹੋਣਗੇ ਜੀ। ਹੈਂਜੀ, ਤੇ ਮੈਮ ਹੁਣ ਆਪਾਂ ਇਜਾਜ਼ਤ ਲਈ ਇਹਨਾਂ ਤੋਂ। ਚਲੋ ਜੀ, ਸਾਨੂੰ ਬਹੁਤ ਅੱਛਾ ਲੱਗਾ। ਇਜਾਜ਼ਤ ਅਸੀਂ ਬਾਅਦ 'ਚ ਦੇਵਾਂਗੇ। ਅੱਛਾ ਜੀ, ਅਤੇ ਅਸੀਂ ਵੀ ਤੁਹਾਨੂੰ ਫਿਰ ਗਿਫਟ ਦੇਵਾਂਗੇ। ਕਮ ਸੇ ਕਮ ਯਾਦ ਰੱਖੋਗੇ ਥੋੜ੍ਹਾ ਜਿਹਾ, ਕਦੀ ਦੇਖ ਹੋਗੇ ਤੇ ਤਾਂ ਵੀ ਚੱਲੇਗਾ ਮੇਰਾ ਹੱਥ ਨਹੀਂ ਚੰਗਾ ਜੀ ਜਾਣੇ ਦਾ। ਥੈਂਕ ਯੂ, ਥੈਂਕ ਯੂ ਆਂਟੀ ਜੀ। ਇਹ ਚੱਪੀ ਪਾ ਦਿੱਤੀ, ਇਹ ਜ਼ਿਆਦਾ ਸਪੈਸ਼ਲ ਗਿਫਟ ਹੈ ਨਾ, ਇਹ ਮੈਨੂੰ ਜ਼ਿਆਦਾ ਯਾਦ ਆਂਟੀ। ਤੁਹਾਡੇ ਬਲੇਸਿੰਗਸ ਦਿੱਤੇ ਰਹੇ ਜੇ ਤੇ ਉਹ ਜ਼ਿਆਦਾ ਇੰਪੋਰਟੈਂਟ ਹੈ। ਮੈਨੂੰ ਪਤਾ ਚੱਲਿਆ ਅੰਕਲ ਜੀ ਤੁਸੀਂ ਇਹ ਖੁਦ ਆਪਣੇ ਹੱਥਾਂ ਦੇ ਨਾਲ ਬਣਾਉਂਦੇ ਹੋ ਤੇ ਇਹ ਹੋਰ ਵੀ ਸਪੈਸ਼ਲ ਹੈ ਮੇਰੇ ਲਈ।
ਨਹੀਂ ਬਟ ਥੈਂਕ ਯੂ ਸੋ ਮੱਚ, ਅਸੀਂ ਬਿਲਕੁਲ ਯਾਦ ਰੱਖਾਂਗੇ ਜੀ ਅਤੇ ਉਮੀਦ ਵੀ ਕਰਾਂਗੇ ਕਿ ਤੁਸੀਂ ਸਾਡੇ ਸ਼ੈਫ ਦੀ ਕਸੌਟੀ 'ਤੇ ਖਰੇ ਉਤਰੋਂਗੇ ਅਤੇ ਮੁਕਾਬਲੇ ਵਿੱਚ ਅੱਗੇ ਵੀ ਤੁਹਾਨੂੰ ਮਿਲਣ ਦਾ ਮੌਕਾ ਮਿਲੂਗਾ ਜੀ। ਮੇਰਾ ਤਾਂ ਮਨ ਨਹੀਂ ਕਰ ਰਿਹਾ ਤੁਹਾਨੂੰ ਭੇਜਣ ਲਈ, ਮੈਂ ਆ ਜਾਵਾਂਗੀ, ਡੋਨਟ ਵਰੀ, ਮਨ ਨਹੀਂ ਕਰ ਰਿਹਾ ਜਾਣ ਦਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ, ਬਾਏ, ਸਤਿ ਸ਼੍ਰੀ ਅਕਾਲ। ਜੀਰਾ ਇੱਥੇ ਤੁਸੀਂ ਰੱਖਿਆ ਹੋਇਆ ਸੀ, ਜੀਰਾ ਡਾਲਣਾ ਸੀ ਪਹਿਲਾਂ, ਤੇ ਕੋਈ ਗੱਲ ਨਹੀਂ, ਇਹ ਕਰ ਲੈਂਦੇ ਹਾਂ। ਹਾਂਜੀ, ਇਹਨੂੰ ਸੈਂਟਰ ਚ ਸੈਂਟਰ ਦੇ ਕਰ ਲੈ, ਔਰ ਥੋੜਾ ਜਿਹਾ ਤੇਲ ਹੋਰ ਡਾਲ ਦੋ ਇੱਥੇ, ਥੋੜਾ ਜਿਹਾ। ਇੱਕ ਹੋਰ ਟਿਪ ਦੇ ਰਹੀ ਹਾਂ, ਕੋਈ ਚੀਜ਼ ਅਗਰ ਤੁਸੀਂ ਭੁੱਲ ਗਏ, ਹਾਂ ਇੱਕ ਸਾਈਡ ਦੇ ਕਰਕੇ ਭੁੱਲ ਗਏ, ਹਲਕਾ ਜਿਹਾ ਸਾਈਡ ਵਿੱਚ ਕਰਕੇ ਥੋੜਾ, ਬਸ ਇੱਥੇ ਤੁਸੀਂ ਜੀਰਾ ਪਾ ਲਓ, ਟੀਸਪੂਨ ਜੀਰਾ ਪਾਉਂਗੇ, ਤੇ ਜੀਰਾ ਨੂੰ ਚਾਹੀਦਾ ਥੋੜਾ ਜਿਹਾ ਤੇਲ, ਥੋੜਾ ਜਿਹਾ ਹੀਟ ਸੌਟੇ ਹੋਣ ਲਈ, ਤੇ ਉਹ ਸੈਪਰੇਟਲੀ ਅਸੀਂ ਸੌਟੇ ਕਰ ਲਈ ਕਿਉਂਕਿ ਅੰਡ ਜੀ ਭੁੱਲ ਗਏ ਸੀ, ਕੋਈ ਗੱਲ ਨਹੀਂ। ਤੇ ਹੁਣ ਹੈ ਵੇਲਾ ਸੁਪਰ ਸ਼ੈਫ ਕੁਇਜ਼ ਦਾ। ਸ਼ੈਫ ਅੰਮ੍ਰਿਤਾ ਰਾਏ ਚੰਦ ਨੇ ਸੇਵੀਆਂ ਪਨੀਰ ਦੀ ਖੀਰ ਦੇ ਵਿੱਚ ਫਲੇਵਰ ਦੇ ਲਈ ਦੁੱਧ 'ਚ ਕਿਹੜਾ ਇਨਗਰੀਡੀਐਂਟ ਇਸਤੇਮਾਲ ਕੀਤਾ ਸੀ? ਤੁਹਾਡੇ ਆਪਸ਼ਨਸ ਨੇ ਏ ਲਾਚੀ, ਬੀ ਬਦਾਮ, ਜਾਂ ਫਿਰ ਸੀ ਦਾਲਚੀਨੀ। ਤਾਂ ਭੇਜੋ ਆਪਣਾ ਜਵਾਬ ਇਸ ਵਟਸਐਪ ਨੰਬਰ ਤੇ। ਸਹੀ ਜਵਾਬ ਦੇਣ ਵਾਲੇ ਇੱਕ ਲੱਕੀ ਵਿਨਰ ਨੂੰ ਮਿਲੇਗਾ ਨਵਿਆ ਸਟੇਨਲੈਸ ਸਟੀਲ ਕੁੱਕਵੇਅਰ ਵੱਲੋਂ ਇੱਕ ਸ਼ਾਨਦਾਰ ਪ੍ਰੈਸ਼ਰ ਕੁੱਕਰ ਅਤੇ ਓਕੇ ਨੌਨਸਟਿਕ ਕੁੱਕਵੇਅਰ ਵੱਲੋਂ ਸ਼ਾਨਦਾਰ ਗਿਫਟ ਹੈਂਪਰ। ਇਸ ਐਪੀਸੋਡ ਦੇ ਲੱਕੀ ਵਿਨਰ ਦਾ ਨਾਮ ਅਗਲੇ ਸ਼ੁੱਕਰਵਾਰ ਦੇ ਐਪੀਸੋਡ 'ਚ ਦੱਸਿਆ ਜਾਏਗਾ। ਤਾਂ ਫਿਰ ਕਰੋ ਟ੍ਰਿਪਲ ਇੰਜੋਏ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 3 ਵਿਦ ਅੰਮ੍ਰਿਤਾ ਰਾਏਚੰਦ। ਵੈਲ, ਅੱਜ ਦੇ ਐਪੀਸੋਡ ਵਿੱਚ ਬਣੀਆਂ ਡਿਸ਼ਿਜ਼ ਨੂੰ ਮੈਂ ਤਾਂ ਖੂਬ ਇੰਜੋਏ ਕੀਤਾ ਜੀ, ਅਤੇ ਉਮੀਦ ਕਰਦਾ ਅੱਜ ਦੇ ਐਪੀਸੋਡ ਨੂੰ ਤੁਸੀਂ ਸਾਰਿਆਂ ਨੇ ਵੀ ਬਹੁਤ ਇੰਜੋਏ ਕੀਤਾ ਹੋਣਾ। ਅਤੇ ਇਹ ਤੋਂ ਪਹਿਲਾਂ ਕਿ ਤੁਹਾਨੂੰ ਸਾਰਿਆਂ ਨੂੰ ਬਾਏ ਬਾਏ ਕਹੀ, ਆਪਾਂ ਸਾਡੇ ਸਪੋਂਸਰਸ ਦਾ ਥੈਂਕਸ ਕਰਨਾ ਬਣਦਾ ਹੀ ਬਣਦਾ ਜੀ। ਸਭ ਤੋਂ ਪਹਿਲਾਂ ਸਾਡੇ ਸਪਾਈਸ ਪਾਰਟਨਰ ਨੇ MDH, ਦ ਰੀਅਲ ਸਪਾਈਸ ਆਫ ਇੰਡੀਆ, ਅਸਲੀ ਮਸਾਲੇ ਸੱਚ ਸੱਚ MDH, MDH। ਕੁਕਿੰਗ ਪਾਰਟਨਰ ਗਗਨ ਕੁਕਿੰਗ ਆਇਲ, ਖਾਓ ਗਗਨ ਰਹੋ ਮਗਨ। ਸਾਡੇ ਸਮਾਈਲ ਪਾਰਟਨਰ ਨੇ ਕੋਲਗੇਟ, ਸਵੀਟਨੈਸ ਪਾਰਟਨਰ ਨੇ ਸ਼ੂਗਰ ਫ੍ਰੀ ਨੈਚੁਰਾ, ਸਮਾਰਟਨੈਸ ਵਾਲੀ ਸਵੀਟਨੈਸ। ਬੈਵਰੇਜ ਪਾਰਟਨਰ ਬਰੁਕਬੌਂਡ, ਤਾਜ਼ਾ ਤਾਜ਼ਾ ਹੋਲੇ। ਐਂਡ ਕੂਲਿੰਗ ਪਾਰਟਨਰ ਨੇ ਹਾਇਰ, ਹਾਇਰ ਰੈਫਰਿਜਰੇਟਰ, ਹਾਇਰ ਇੰਸਪਾਇਰਡ ਲਿਵਿੰਗ। ਵੈਲ ਦੋਸਤੋ, ਹੁਣ ਆਪਾਂ ਅਗਲੇ ਐਪੀਸੋਡ ਵਿੱਚ ਮਿਲਾਂਗੇ, ਤਦ ਤੱਕ ਲਈ ਤੁਸੀਂ ਦੇਖਦੇ ਰਹੋ PTC ਪੰਜਾਬੀ ਐਂਡ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 3।